जी दोस्तों, रेडियो चैन परदेसी तुसे सुन रहे हो। चैन परदेसी रेडियो ते गगन दीप एक बार फिर तो हाजिर है प्रोग्राम लेके, जिस दा नाम है दीप लाइव शो। जिंदगी दी हर सवेर कुछ शर्तां लेके आउंदी है, ते जिंदगी दी हर शाम कुछ तजुर्बे दे के जांदी है। सो यही जिंदगी दा सफर है। हर दिन एक नवे सूरज दे चढ़न नाल शुरू हुंदा है, ते सूरज दे छिपन दे नाल समाप्त हो जांदा है। तो उस दिन दे विच बहुत सारे जिंदगी दे तजुर्बे ने जिहड़े साडे कोल इकट्ठे हुंदे ने। जे असीं उन्हां तजुर्बियां नूं संभाल लईए, सांभ लईए, उन्हां ते गौर कर लईए, तां जिंदगी आउण वाले तरीके जिहड़े आ उह असीं सौखे बणा सकदे आ जीउण दे, ते जिंदगी साडी सोहणी हो सकदी है। पर हां, जे असीं उन्हां तजुर्बियां नूं संभालांगे नहीं, तवज्जो नहीं देवांगे, उन्हां ते गौर नहीं फरमावांगे ना, फिर जिंदगी दे विच दोबारा बहुत सारियां गलतियां करदे 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 जिंदगी दा समां भी बर्बाद करदे आ, परेशानियां दे विच वी घिरदे आ, ते उलझना च लंघदे जिंदगी दा समां सिर्फ टपाउणे आ, जिंदगी नहीं जिउंदे। सो जे जिंदगी जिउणा चाहुंदे आ, फिर जिंदगी दे तजुर्बे जिहड़े आ ना, उन्हां तों कुछ सिखो। जिंदगी दीआं शर्तां जिन्हां नूं असीं हर रोज़ एक नवें दिन दे नाल चढ़न दे शुरुआत करन ते निभाउणे आ, उन्हां शर्तां नूं जिंदगी दे सबक बनाओ, ते उह सबक हमेशा तुहाडे आउण वाले समें नूं जिहड़ा खुशगवार करनगे, इह गल दी पक्की गरंटी आ। बस थोड़ी जी अपनी जिंदगी दे विच बीते हुए पलां ते झात मारनी जरूरी है, ते जे सानू झात मारनी आ गई, कम दीआं गल्लां समेट के रखणियां दिमाग दे कोने च आ गईआं, ते जाले दिमाग दे ला के रख ले, ते फिर जिंदगी कदे भी बोरियत वल तुहानूं नहीं ले जांदी। जिंदगी दा हर दिन जिहड़ा तुहाडे वास्ते खुशियां खेड़े लैके आउंदा है। हां, डिपेंड करदा तुहाडी सोच ते। जे असीं नैगेटिव सोचांगे तां नैगेटिव तरीके दी जिंदगी होजूगी, पॉजिटिव सोचांगे तां पॉजिटिव तरीके दी। सो जिंदगी किहो जी बनाउणी आ, ਇਹ ਹੁਣ ਸਾਡੇ ਤੇ ਡਿਪੈਂਡ ਕਰਦਾ। ਤੇ ਮੈਨੂੰ ਉਮੀਦ ਹੈ ਵੀ ਆਪਣਾ ਇਹ ਪਰਿਵਾਰ ਆਪਣੀ ਜ਼ਿੰਦਗੀ ਨੂੰ ਸੋਹਣੇ ਬਣਾਏ ਬਿਨਾਂ ਜਿਹੜਾ ਪਿੱਛੇ ਨਹੀਂ ਹਟਣ ਵਾਲਾ। ਸੋ ਬਿਲਕੁਲ ਆਪਾਂ ਜ਼ਿੰਦਗੀ ਸੋਹਣੀ ਬਣਾਉਣੀ ਹੈ। ਤੇ ਲਓ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਿਲਸਿਲਾ ਲੈ ਕੇ ਪਹੁੰਚ ਗਏ ਹਾਂ ਕਲਾ ਮੰਚ ਤੇ। ਅੱਜ ਫਿਰ ਇਹ ਮੰਚ ਤੁਹਾਡਾ ਸਾਰਿਆਂ ਦਾ ਰਹਿਣ ਵਾਲਾ। ਤੁਸੀਂ ਸਾਰਿਆਂ ਨੇ ਇਸ ਮੰਚ ਤੇ ਆਉਣਾ, ਆਪਣੀ ਕਲਾ ਦੀ ਸਾਂਝ ਪਾਉਣੀ ਹੈ। ਤੁਸੀਂ ਸਾਨੂੰ ਕਵਿਤਾਵਾਂ ਸੁਣਾ ਸਕਦੇ ਹੋ, ਕਹਾਣੀਆਂ ਸੁਣਾ ਸਕਦੇ ਹੋ, ਸੋਹਣੀਆਂ ਜਿਹੀਆਂ ਗੱਲਾਂ ਸੁਣਾ ਸਕਦੇ ਹੋ ਜਿਹੜੀਆਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਪ੍ਰਭਾਵ ਪਾਉਣ, ਕਿਸੇ ਦਾ ਦਿਲ ਜਿੱਤਣ, ਜਾਂ ਲੱਗਦਾ ਹੋਵੇ ਵੀ ਸਮਾਜ ਦੇ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਸਾਡੇ ਧਿਆਨ ਦੀ ਮਤਲਬ ਤਵੱਜੋ ਤੋਂ ਵਾਂਝੇ ਰਹਿ ਜਾਂਦੇ ਨੇ, ਜਿਨ੍ਹਾਂ ਬਾਰੇ ਅਸੀਂ ਸੋਚਦੇ ਨਹੀਂ ਹਾਂ। ਤੁਹਾਨੂੰ ਕੋਈ ਲੱਗਦਾ ਅਜਿਹਾ ਵਿਸ਼ਾ ਤਾਂ ਉੱਥੇ ਵੀ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪਰ ਨਾਲ ਇੱਕ ਗੱਲ ਦਾ ਤੁਸੀਂ ਸਾਰਿਆਂ ਨੇ ਖਿਆਲ ਰੱਖਣਾ ਜੀ, ਪ੍ਰੋਗਰਾਮ ਦੇ ਵਿੱਚ ਆਉਣ ਤੋਂ ਬਾਅਦ, ਉਹ ਇਹ ਹੈਗਾ ਕਿ ਆਪਾਂ ਸਮਾਂ ਜਿਹੜਾ ਉਸਦੀ ਕਦਰ ਕਰਨੀ ਹੈ। ਸੋ ਅੱਜ ਜੇ ਥੋੜੀਆਂ ਜ਼ਿਆਦਾ ਲੰਬੀਆਂ ਰਚਨਾਵਾਂ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਛੋਟਾ ਕਰ ਲਿਓ, ਤੇ ਆਪਣਾ ਕਲਾ ਦੀ ਸਾਂਝ ਇਸ ਮੰਚ ਤੇ ਆ ਕੇ ਪਾਇਓ। ਗੀਤ ਥੋੜੇ ਲੰਬੇ ਨਾ ਰੱਖਿਓ ਤਾਂ ਕਿ ਸਾਰਿਆਂ ਨੂੰ ਪ੍ਰੋਪਰ ਮੌਕਾ ਇਸ ਮੰਚ ਤੇ ਮਿਲ ਸਕੇ। ਤੇ ਲੋ ਫਿਰ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਂ ਆਡੀਓ ਰੂਪ ਦੇ ਵਿੱਚ ਪਹੁੰਚੀਆਂ ਹੋਈਆਂ ਮੇਰੇ ਕੋਲ ਜਿਹੜੀਆਂ ਰਚਨਾਵਾਂ ਨੇ ਉਹ ਵੀ ਸੁਣਾਉਣੀਆਂ ਨੇ, ਕਾਲਸ ਵੀ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਜਿਹੜੀਆਂ ਕੰਟੀਨਿਊ ਰਹਿਣਗੀਆਂ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਆ ਆਪਾਂ ਪ੍ਰੋਗਰਾਮ ਦੇ ਵਿੱਚ ਕਾਲ ਤੋਂ ਕਰਾਂਗੇ। ਪਹਿਲੀ ਕਾਲ ਜਿਹੜੀ ਹੈ ਐਡਵਰਡ ਤੋਂ ਕੈਨੇਡਾ ਤੋਂ ਇਸ ਮੰਚ ਤੇ ਸਾਡੇ ਕੋਲ ਪਹੁੰਚ ਚੁੱਕੀ ਹੈ। ਕਿਹਨਾਂ ਦੀ ਕਾਲ ਹੈ ਜ਼ਰੂਰ ਮੰਚ ਤੇ ਜੁੜ ਚੁੱਕੇ ਨੇ। ਸੋ ਮੈਨੂੰ ਲੱਗਦਾ ਵੀ ਮੇਰੀ ਆਵਾਜ਼ ਥੋੜ੍ਹੀ ਜਿਹੀ ਡਿਸਟਰਬਿੰਗ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚਣ ਲੱਗ ਗਈ ਹੋਣੀ ਹੈ, ਕਿਉਂਕਿ ਮੈਨੂੰ ਮਾਈਕ ਦੇ ਵਿੱਚ ਥੋੜ੍ਹੀ ਜਿਹੀ ਆਵਾਜ਼ ਜਿਹੜੀ ਹੈ ਡਿਸਟਰਬ ਸੁਣ ਰਹੀ ਸੀ, ਪਰ ਹੁਣ ਦਰੁਸਤ ਹੋ ਗਈ ਹੈ ਕਿਉਂਕਿ ਆਪਾਂ ਮਾਈਕ ਜਿਹੜਾ ਚੇਂਜ ਕਰ ਲਿਆ। ਤੇ ਲਓ ਜੀ ਫਿਰ ਪ੍ਰੋਗਰਾਮ ਦੀ ਕਰਨ ਲੱਗੇ ਹਾਂ ਸ਼ੁਰੂਆਤ। ਪਹਿਲਾਂ ਤੁਹਾਡੇ ਥੋੜ੍ਹੇ ਜਿਹੇ ਸੁਨੇਹੇ ਜਿਹੜੇ ਆ ਉਹਨਾਂ ਦੀ ਸਾਂਝ ਪਾ ਲਈਏ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕਾਲਸ ਲਵਾਂਗੇ, ਫਿਰ ਤੁਹਾਡੇ ਜਿਹੜੇ ਮੇਰੇ ਕੋਲ ਪਹੁੰਚੇ ਹੋਏ ਆਡੀਓ ਮੈਸੇਜਿਸ ਨੇ ਉਹ ਸੁਣਾਵਾਂਗੇ। ਸੋ ਮੇਰੇ ਕੋਲ ਆਡੀਓ ਮੈਸੇਜਿਸ ਕਾਫੀ ਸਾਰੇ ਆ ਗਏ ਨੇ ਜਿਨ੍ਹਾਂ ਦੀ ਸਾਂਝ ਅੱਜ ਇਸ ਪ੍ਰੋਗਰਾਮ 'ਚ ਆਪਾਂ ਜ਼ਰੂਰ ਪਾਵਾਂਗੇ। ਸੋ ਰਣਜੀਤ ਸਿੰਘ ਜੀ ਦੁਬਈ ਤੋਂ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਚੁੱਕੇ ਨੇ। ਸਤਿ ਸ਼੍ਰੀ ਅਕਾਲ ਗਗਨਦੀਪ ਜੀ, ਮਾਈਕ ਨੋਟ ਗੁੱਡ। ਸੋ ਬਿਲਕੁਲ ਮੈਨੂੰ ਪਤਾ ਲੱਗ ਗਿਆ ਸੀ ਰਣਜੀਤ ਜੀ ਕਿ ਕਾਫੀ ਜ਼ਿਆਦਾ ਡਿਸਟਰਬੈਂਸ ਜਿਹੜੀ ਹੈ ਮਾਈਕ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਸੀ, ਪਰ ਆਪਾਂ ਨਾਲ ਹੀ ਮਾਈਕ ਜਿਹੜਾ ਬਦਲ ਲਿਆ, ਤੇ ਮੈਨੂੰ ਲੱਗਦਾ ਆਹ ਵਾਲਾ ਮਾਈਕ ਜਿਹੜਾ ਸਾਡਾ ਸਾਥ ਚੰਗਾ ਨਿਭਾ ਰਿਹਾ। ਸੋ ਸ਼ੁਕਰੀਆ ਨਾਲ ਦੀ ਨਾਲ ਜਿਹੜਾ ਮੇਰਾ ਧਿਆਨ ਦਵਾਉਣ ਦੇ ਲਈ। ਸੋ ਰਾਮਜੀਤ ਖੰਗੂੜਾ ਜੀ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਖੂਬਸੂਰਤ ਵਿਚਾਰ ਗਗਨ ਜੀ ਬਹੁਤ ਬਹੁਤ ਸ਼ੁਕਰੀਆ, ਤੇ ਇਹਨਾਂ ਵੱਲੋਂ ਵੀ ਵਿਚਾਰ ਪਹੁੰਚਿਆ। ਕਹਿੰਦੇ ਪ੍ਰਸ਼ੰਸਾ ਤੇ ਆਲੋਚਨਾ ਦੋਵਾਂ ਨੂੰ ਪ੍ਰਵਾਨ ਕਰੋ, ਕਿਉਂਕਿ ਇੱਕ ਫੁੱਲ ਉਗਾਉਣ ਵਾਸਤੇ ਧੁੱਪ ਤੇ ਤੇਜ਼ ਬਾਰਿਸ਼ ਦੀ ਜ਼ਰੂਰਤ ਹੁੰਦੀ ਹੈ। ਸੋ ਗੱਲ ਬਿਲਕੁਲ ਸਹੀ ਹੈ। ਸੋ ਇਸ ਕਰਕੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਚੰਗਾ ਚੰਗਾ ਹੁੰਦਾ ਜਾਊਗਾ, ਤੇ ਫਿਰ ਜ਼ਿੰਦਗੀ ਜਿਉਣ ਦਾ ਨਾ ਆਨੰਦ ਆਉਣੋਂ ਹਟ ਜਾਂਦਾ। ਸੋ ਇਸ ਕਰਕੇ
हर रंग जिंदगी दे विच जरूरी है जिदा सारे मौसम वखो वखरा अपना अंदाज रखते ने सो खूबसूरत विचार शुक्रिया प्रोग्राम दे नाल जुड़े ने सतवीर कंग जी इटली तो बहुत ही वधिया विचार गगन जी बहुत बहुत शुक्रिया थैंक यू विचार नूं पसंद करन दे लई कहिंदे मेरे वल्लों सति श्री अकाल जी सारे ही स्रोतियां नूं ते हाजरी कबूल करियो सो बिलकुल तुहाडी हाजरी कबूल ते दिल ते थम्स अप बहुत सोहणे सोहणे पहुंचे आ शुक्रिया मनप्रीत कौर जी पिंड वांदर तो प्रोग्राम दे नाल जुड़ चुके ने एक रचना जड़ी है इन्हां वल्लों भी पहुंच गई है लिखती रूप दे विच ते लो फिर की कहंदे आ कहंदे आ कृष्ण सुदामे वर्गी यारी लभ नहीं सकदी दूजी वारी गुरबत मारे इस बेली दे चरण धों दे आप मुहारी आप मुरारी आम आदमी निठ के बैठा राजे घर दी लीला न्यारी गल नूं ला के पुछदे काना किथे रहा तू जिंदगी सारी कलयुग दे विच रब ही राखा करदा अपना खून गद्दारी हुण तां सारी दुनिया धवना ऊच नीच दी पई है मारी हुण तां सारी दुनिया धवना ऊच नीच दी पई है मारी सो क्या बात है बहुत सोहणी रचना मनप्रीत जी गुड इवनिंग कह रहे हैं जी माई ब्यूटीफुल फ्रेंड हैव ए नाइस डे बहुत वधिया विचार थैंक यू थोड़ी रचना भी बा कमाल खुशहाल सिंह मल जी जुड़ गए ने और रणदीप कौर कुंगुड़ा जी भी प्रोग्राम नाल सांझ बनाने की कोशिश दे विच है और बख्शी राम जी जो इस प्रोग्राम दे स्पॉन्सर भी ने ते बिल्कुल जी कह रहे हैं नाइस विचार बहुत बहुत शुक्रिया विचार नूं पसंद करन दे लई ज्ञान गुलाटी जी रमीदी कपूरथला तो प्रोग्राम दे नाल जुड़ गए ने गगन जी कहिंदे अज दा विचार बहुत खूबसूरत सति श्री अकाल नमस्कार जय राम जी की ज्ञान जी तुहानू भी ते रमन वर्मा जी जिहड़े आ प्रोग्राम दे नाल अपनी सांझ बना चुके ने सो बिल्कुल रमन वर्मा जी और इन्हों का पूरा वर्मा परिवार हमेशा साडे नाल जुड़दे आ अज भी जुड़े आ सुजीत जी बहरीन तो जुड़ गए ने सुखजीत सिंह जी फरीदकोट तो आ गए ने इस प्रोग्राम दे विच सारे सुनेहे जिहड़े सांझे करांगे पर हुण परमिंदर खैरा जी टोरंटो कैनेडा तो साडे नाल जुड़े हुए ने ते अज वेखदे आ जी कला मंच सिलसिले जिन्हां दी सांझ पई है ते की खास लैके इस मंच ते जुड़े ने की अज सानू कला मंच सिलसिले दे विच परमिंदर खैरा जी तो सुनन नूं मिलना पौणिया सांझ सो परमिंदर जी बहुत बहुत स्वागत प्रोग्राम च हेलो गगन सत श्री अकाल सारे श्रोतियां नूं सत श्री अकाल की हाल ने जी सत श्री अकाल परमिंदर जी बिल्कुल वधिया ठीक ठाक तुसी सुनाओ ठीक ठाक ते एक वधिया पहला सवाल तुहानूं कि हुण दिल लग गया बेटे दे जाण तों बाद हां जी लाउणा पैंदा जी लग नहीं रहा पर अपना परिवार तुहाडे नाल है ते मैनूं लगदा वी इस परिवार च आके ना तुहाडा दिल भी लग जाणा ते बिलकुल और नाल बेटे दे भविख दीआं ते बहुत सारीआं दुआवां साडीआं हमेशा नाल चलदीआं ने ते चलदीआं रहणीआं ने जी मेहरबानी जी वेखो ਸਾਡਾ ਤੇ ਲਾਗੇ ਇੱਕ ਘੰਟੇ ਦੇ ਦੂਰ ਆ ਹਨਾ ਪਰ ਜਿਹੜੇ ਹੁਣ ਇੰਡੀਆ ਤੋਂ ਪੰਜਾਬ ਤੋਂ ਇੱਥੇ ਭੇਜਦੇ ਆ ਉਹਨਾਂ ਦੇ ਕਿੱਡੇ ਜਿਗਰੇ ਹੋਣਗੇ ਹਨਾ ਪਰ ਜਿਹੜੇ ਸਮੇਂ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਪੰਜਾਬ 'ਚ ਅੱਗ ਲੱਗੀ ਹੁੰਦੀ ਸੀਗੀ ਔਰ ਸਾਡੇ ਮਾਂ ਪਿਓ ਤੇ ਕੀ ਬੀਤਦੀ ਸੀ ਜਦੋਂ ਅਸੀਂ ਸੋਮਵਾਰ ਨੂੰ ਜਾਂਦੇ ਸੀ ਤੇ ਪਤਾ ਨਹੀਂ ਸੀ ਹੁੰਦਾ ਵੀ ਵਾਪਸ ਆਉਣਾ ਵੀ ਆ ਸ਼ੁੱਕਰਵਾਰ ਕਿ ਨਹੀਂ ਆਉਣਾ ਤੇ ਹੁਣ ਉਹ ਸਮਝ ਆਉਂਦੀ ਆ ਪਰ ਚਲੋ ਸਮਾਂ ਸਮਰੱਥ ਆ ਹਾਂਜੀ ਸਮੇਂ ਦੇ ਨਾਲ ਸਾਰਾ ਕੁਛ ਚੱਲਦਾ ਵਾ ਸਾਡੇ ਕੰਟਰੋਲ 'ਚ ਨਹੀਂ ਗੱਲਾਂ ਹਨਾ ਤੇ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਵੀ ਉਹ ਮੈਨੂੰ ਪਾਤਰ ਸਾਹਿਬ ਦੇ ਥੋੜੇ ਜਿਹੇ ਲਫ਼ਜ਼ ਯਾਦ ਆ ਗਏ ਉਹ ਕਹਿੰਦੇ ਆ ਨਿੱਤ ਸੂਰਜਾਂ ਨੇ ਚੜ੍ਹਨਾ ਨਿੱਤ ਸੂਰਜਾਂ ਨੇ ਲਹਿਣਾ ਪਰਬਤਾਂ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ ਸੋ ਇਹ ਆ ਵੀ ਜ਼ਿੰਦਗੀ ਚੱਲਦੀ ਰਹਿੰਦੀ ਆ ਹਾਂਜੀ ਸਾਡੇ ਦਿਨ ਹੁੰਦਾ ਰਾਤ ਹੁੰਦੀ ਆ ਹਨਾ ਅੱਗੇ ਤੁਰ ਪੈਂਦਾ ਕੰਮ ਤੇ ਇਹ ਸੀਗਾ ਤੇ ਮੈਂ ਤੁਹਾਨੂੰ ਨਾ ਦੋ ਮੇਰੇ ਦੋਸਤ ਨੇ ਉਹਨਾਂ ਦੀਆਂ ਰਚਨਾਵਾਂ ਸੁਣਾਵਾਂਗਾ ਇੱਥੇ ਰੇਡੀਓ ਹੋਸਟ ਨੇ ਪੱਤਰਕਾਰ ਰਹੇ ਨੇ ਜਸਬੀਰ ਸ਼ਮੀਲ ਤੇ ਜਾਣਦਿਆਂ ਨੂੰ ਤੇ ਸਾਨੂੰ 20 ਸਾਲ ਹੋ ਗਏ ਅਸੀਂ ਅੱਜ ਤੱਕ ਮਿਲੇ ਨੀ ਵੇਖ ਲਓ ਫੋਨ ਤੇ ਤਕਰੀਬਨ ਹਫ਼ਤੇ 2-3 ਵਾਰੀ ਗੱਲ ਹੁੰਦੀ ਆ ਇੰਨੇ ਬਿਜ਼ੀ ਆ ਹਨਾ ਤੇ ਬਹੁਤ ਵਧੀਆ ਲਿਖਦੇ ਨੇ ਉਹਨਾਂ ਦੀਆਂ ਛੋਟੀਆਂ ਛੋਟੀਆਂ ਦੋ ਰਚਨਾਵਾਂ ਮੈਂ ਸਾਂਝੀਆਂ ਕਰਾਂਗਾ ਪਹਿਲੀ ਆ ਊਣਾ ਮਨ ਉਹ ਕਹਿੰਦੇ ਆ ਮਨ ਵੀ ਕੈਸਾ ਖੂਹ ਹੈ ਜਿੰਨਾ ਭਰਾਂ ਓਨਾ ਹੋਰ ਖਾਲੀ ਹੁੰਦਾ ਹੈ ਨਾ ਇਹ ਚੀਜ਼ਾਂ ਨਾਲ ਭਰਦਾ ਨਾ ਖਾਸ਼ਾਂ ਨਾਲ ਇਸ ਨੂੰ ਭਰੇ ਬਗੈਰ ਕਿਵੇਂ ਆਵਾਂ ਤੇਰੇ ਕੋਲ ਕੀ ਇਸ ਨੂੰ ਲੰਘ ਆਵਾਂ ਟਾਪਾਂ ਕੀ ਇਸ ਨੂੰ ਰਹਿਣ ਦੇਵਾਂ ਐਵੇਂ ਹੀ ਖਾਲੀ ਖਾਲੀ ਮੇਰੇ ਊਣੇ ਮਨ ਨਾਲ ਮੈਨੂੰ ਤੂੰ ਕੀ ਤੂੰ ਕਬੂਲ ਕਰ ਲਵੇਂਗਾ ਹਾਂਜੀ ਤੇ ਵਿੱਚੇ ਛੱਡ ਦਿੰਦੇ ਦੂਸਰੀ ਉਹਨਾਂ ਦੀ ਆ ਤੁਰਨਾ ਜੀ ਤੁਰ
ਤੁਰਨਾ ਸਿੱਖ ਰਿਹਾ ਹਾਂ ਫੇਰ, ਜਿਵੇਂ ਕੰਡਾ ਕੱਢੇ ਬਗੈਰ ਤੁਰਨਾ ਹੋਵੇ, ਦਰਦ ਦੇ ਥੰਮਣ ਦੀ ਜਿਵੇਂ ਉਮੀਦ ਨਾ ਹੋਵੇ, ਮੰਜ਼ਿਲ ਕੋਈ ਨਾ ਹੋਵੇ ਪਰ ਤੁਰਦੇ ਜਾਣਾ ਹੋਵੇ, ਜਿਵੇਂ ਕੋਈ ਵੀ ਆਪਣਾ ਨਾ ਹੋਵੇ ਤੇ ਫੇਰ ਵੀ ਜਿਉਣਾ ਹੋਵੇ, ਜਿਵੇਂ ਕਿਸੇ ਦਾ ਮਨ ਦੇਖ ਲਓ ਬਿਨਾਂ ਕੱਪੜਿਆਂ ਦੇ ਤੇ ਐਵੇਂ ਅੱਖਾਂ ਫੇਰ ਲਓ, ਜੀਵਨ ਦੀ ਕ੍ਰਾਂਤੀ ਨੂੰ ਦੇਖ ਕੇ ਜਿਵੇਂ ਅਣਡਿੱਠ ਕਰ ਦੇਣਾ ਹੋਵੇ, ਤੁਰਨਾ ਸਿੱਖ ਰਿਹਾ ਹਾਂ ਫੇਰ, ਜਿਵੇਂ ਕੰਡਾ ਕੱਢੇ ਬਗੈਰ ਤੁਰਨਾ ਹੈ। ਸੋ ਇਹ ਮੈਨੂੰ ਬੜੀਆਂ ਵਧੀਆ ਲੱਗੀਆਂ, ਮੈਂ ਕਿਹਾ ਚਲੋ ਜੀ ਸਾਰੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ, ਸ਼ਾਇਦ ਕਿਸੇ ਨੂੰ ਚੰਗੀ ਲੱਗੇ। ਹਾਂਜੀ ਬਿਲਕੁਲ ਪਰਮਿੰਦਰ ਜੀ, ਬਹੁਤ ਸੋਹਣੀਆਂ ਦੋਵੇਂ ਰਚਨਾਵਾਂ, ਸੋ ਵਾਕਿਆ ਡੂੰਘੇ ਅਰਥ ਰੱਖਦੀਆਂ ਨੇ, ਬੇਸ਼ੱਕ ਛੋਟੀਆਂ ਨੇ। ਬਿਲਕੁਲ ਊਣਾ ਮਨ ਕੀ ਵਲਵਲੇ ਹੁੰਦੇ ਨੇ ਉਸ ਮਨ ਦੇ, ਬਹੁਤ ਸੋਹਣੇ ਤਰੀਕੇ ਦੇ ਨਾਲ ਬਿਆਨ ਕੀਤੀ ਹੈ। ਤੇ ਕੰਡਾ ਚੁੱਭੇ ਤੇ ਜਿਸ ਤਰੀਕੇ ਦੇ ਨਾਲ ਸਫ਼ਰ ਤੈਅ ਕਰਨਾ ਪੈਂਦਾ, ਉਸੇ ਤਰੀਕੇ ਦਾ ਅੱਜ ਕੱਲ੍ਹ ਜੀਵਨ ਹੈ। ਸੋ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਨ੍ਹਾਂ ਨੂੰ ਭਰਪੂਰ ਤਰੀਕੇ ਦੇ ਨਾਲ ਲੈ ਕੇ ਚੱਲਦੇ ਹਾਂ, ਪਾਰ ਵੀ ਕਰਦੇ ਹਾਂ, ਡਿੱਗਦੇ ਵੀ ਹਾਂ, ਢਹਿੰਦੇ ਵੀ ਹਾਂ, ਫਿਰ ਸਵਾਰ ਹੁੰਦੇ ਹਾਂ, ਸੋਚਾਂ ਵਿਚਾਰਾਂ ਵੀ ਕਰਦੇ ਹਾਂ। ਸੋ ਬਹੁਤ ਸੋਹਣੀਆਂ ਰਚਨਾਵਾਂ, ਬਹੁਤ ਬਹੁਤ ਸ਼ੁਕਰੀਆ ਜੀ ਜੀ। ਸਵੇਰੇ ਉੱਠਦੇ ਹਾਂ ਨਾ, ਸਾਡੀ ਜ਼ਿੰਦਗੀ ਦਾ ਸੰਘਰਸ਼ ਸ਼ੁਰੂ ਹੋ ਜਾਂਦਾ। ਬਿਲਕੁਲ ਬਿਲਕੁਲ, ਅਸੀਂ ਵੇਖੋ ਜਿਹੜਾ ਸੱਚਾਈ ਦਾ ਸਿਧਾਂਤ ਦਾ ਜਿਹੜਾ ਰਾਹ ਹੁੰਦਾ ਨਾ, ਇਹ ਹਮੇਸ਼ਾ ਔਖਾ ਹੁੰਦਾ, ਪੁੱਠੇ ਕੰਮ ਤੇ ਬੰਦਾ ਝੱਟ ਹੀ ਕਰ ਲੈਂਦਾ। ਸੋ ਉੱਠਦੇ ਸਾਰ ਹੀ ਸਾਡੇ ਜੀਵਨ ਦੇ ਸੰਘਰਸ਼ ਸ਼ੁਰੂ ਹੋ ਜਾਂਦੇ ਆ ਨਾ। ਉਹ ਕਿਸੇ ਸ਼ਾਇਰ ਨੇ ਕਿਹਾ ਨਾ, ਇਸ ਤਰ੍ਹਾਂ ਤੈ ਕੀ ਹੈ ਹਮਨੇ ਮੰਜ਼ਿਲੇ, ਇਸ ਤਰ੍ਹਾਂ ਤੈ ਕੀ ਹੈ ਹਮਨੇ ਮੰਜ਼ਿਲੇ, ਗਿਰ ਗਏ ਗਿਰ ਕਰ ਉੱਠੇ ਉੱਠ ਕਰ ਚੱਲ ਦੀਏ। ਸੋ ਏਦਾਂ ਹੀ ਚਾਹੀਦਾ ਸਾਨੂੰ ਜੀ। ਬਿਲਕੁਲ ਜੀ ਬਿਲਕੁਲ, ਸੋ ਡਿੱਗਦੇ ਰਹੀਏ, ਸਵਾਰ ਹੁੰਦੇ ਰਹੀਏ ਜ਼ਿੰਦਗੀ ਦੇ ਇਸ ਘੋੜੇ ਤੇ, ਆਖਿਰਕਾਰ ਮੰਜ਼ਿਲਾਂ ਤੱਕ ਜ਼ਰੂਰ ਪਹੁੰਚਾਂਗੇ। ਸੋ ਬਹੁਤ ਵਧੀਆ ਲੱਗਿਆ, ਚੱਲਣਾ ਹੀ ਜ਼ਿੰਦਗੀ ਹੈ। ਚੱਲ, ਥੈਂਕ ਯੂ ਗਗਨ, ਗੁੱਡ ਲੱਕ, ਆਲ ਦਾ ਬੈਸਟ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਤੇ ਇਸ ਮੰਚ ਤੇ ਆਉਣ ਦੇ ਲਈ, ਬਹੁਤ ਸੋਹਣੀਆਂ ਰਚਨਾਵਾਂ ਤੇ ਸੋਹਣੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਮੇਰੇ ਕੋਲ ਬਹੁਤ ਸਾਰੀਆਂ ਤੁਹਾਡੀਆਂ ਮਿਸ ਕਾਲ ਜਿਹੜੀਆਂ ਆ ਚੁੱਕੀਆਂ ਨੇ ਤੇ ਨਾਲ ਹੀ ਕਾਲ ਜਿਹੜੀਆਂ ਨੇ ਉਹ ਵੀ ਲਗਾਤਾਰ ਤੁਹਾਡੀਆਂ ਜੁੜ ਰਹੀਆਂ ਨੇ ਇਸ ਮੰਚ ਤੇ ਸਾਡੇ ਨਾਲ, ਤੇ ਨਾਲ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਜਿਹੜੇ ਆਡੀਓ ਰੂਪ ਦੇ ਵਿੱਚ ਪਹੁੰਚੇ ਹੋਏ ਨੇ, ਉਹਨਾਂ ਦੀ ਸਾਂਝ ਆਪਾਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਪਾਉਣੀ ਹੈ। ਤੇ ਇਸ ਵੇਲੇ ਕਾਲ ਦੇ ਜ਼ਰੀਏ ਸਾਡੇ ਨਾਲ ਬਚਿੱਤਰ ਸਿੰਘ ਜੀ, ਭੀਮ ਸੈਨ ਜੀ ਜਿਹੜੇ ਆ ਜੁੜ ਚੁੱਕੇ ਨੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਡੀਓ ਮੈਸੇਜ ਜਿਹੜੇ ਆ ਉਹ ਜ਼ਰੂਰ ਸੁਣਾਉਣੇ ਨੇ, ਕਿਉਂਕਿ ਅੱਜ ਮੈਂ ਪੂਰਾ ਮਨ ਬਣਾਇਆ ਹੋਇਆ ਵੀ ਜਿੰਨੇ ਵੀ ਆਡੀਓ ਮੈਸੇਜ ਪਹੁੰਚੇ ਨੇ ਉਹਨਾਂ ਚੋਂ ਇੱਕ ਇੱਕ ਕਰਕੇ ਸਾਂਝ ਜ਼ਰੂਰ ਪਾਵਾਂਗੇ। ਸਭ ਤੋਂ ਪਹਿਲੀ ਰਚਨਾ ਆਡੀਓ ਦੇ ਰੂਪ ਦੇ ਵਿੱਚ ਗੁਰਮੋਹਰ ਜੀ ਦੀ, ਅਮੈਰੀਕਾ ਤੋਂ ਸਾਡੇ ਕੋਲ ਜੋ ਪਹੁੰਚੀ ਹੈ ਉਹ ਕਰਨ ਲੱਗਿਆ ਤੁਹਾਡੇ ਸਾਰਿਆਂ ਦੇ ਰੂਬਰੂ। ਲਓ ਫਿਰ ਤੁਸੀਂ ਸੁਣੋ ਗੁਰਮੋਹਰ ਜੀ ਦੀ ਰਚਨਾ, ਉਸ ਤੋਂ ਬਾਅਦ ਬਚਿੱਤਰ ਸਿੰਘ ਜੀ ਉਹਨਾਂ ਦੇ ਨਾਲ ਸਾਂਝ ਬਣਾਵਾਂਗੇ, ਫਿਰ ਭੀਮ ਸੈਨ ਜੀ ਆਉਣਗੇ, ਫਿਰ ਸੁਰਜੀਤ ਜੀ ਬਹਿਰੀਨ ਤੋਂ, ਰਣਦੀਪ ਕੌਰ ਖੰਗੂੜਾ ਜੀ, ਖੁਸ਼ਹਾਲ ਜੀ, ਔਰ ਬਿੰਦਰਜੀਤ ਕੌਰ ਭੈਣ ਜੀ, ਸੁਖਵਿੰਦਰ ਜੀ, ਜਿਨ੍ਹਾਂ ਦੀਆਂ ਸਾਰਿਆਂ ਦੀਆਂ ਮਿਸ ਕਾਲਸ ਜਿਹੜੀਆਂ ਮੇਰੇ ਕੋਲ ਸ਼ੋਅ ਹੋ ਗਈਆਂ ਨੇ, ਤੇ ਬਲਵੰਤ ਜੀ ਸਿਰੀਏ ਵਾਲਾ ਤੋਂ ਉਹਨਾਂ ਦੀ ਵੀ ਕਾਲ ਸ਼ੋਅ ਹੋ ਗਈ ਹੈ, ਸਾਰਿਆਂ ਦੇ ਨਾਲ ਸਾਂਝ ਬਣਾਵਾਂਗੇ। ਪਰ ਪਹਿਲਾ ਰਚਨਾ ਗੁਰਮੋਹਰ ਜੀ ਦੀ ਕਰਨ ਲੱਗਿਆ ਤੁਹਾਡੇ ਸਾਰਿਆਂ ਦੇ ਰੂਬਰੂ ਆਡੀਓ ਰੂਪ ਦੇ ਵਿੱਚ ਜੋ ਸਾਡੇ ਕੋਲ ਪਹੁੰਚੀ ਹੈ। ਮੇਰੀ ਕਵਿਤਾ ਜੀ, ਗੱਲਾਂ ਪੋਚਾ। ਖਾਣੇ ਵਿੱਚੋਂ ਦਰੋਗਾ ਜੀ ਨੂੰ ਫੋਨ ਆਇਆ, ਮੌਕਾ ਏ ਵਾਰਦਾ ਤੋਂ ਹੌਲਦਾਰ ਬੋਲਦਾ ਹਾਂ, ਰਿਸ਼ਤੇ ਪਤੀ ਪਤਨੀ ਦੇ ਤਾਰ ਤਾਰ ਹੋਈ ਜਾਂਦੇ, ਪਤੀ ਪਤਨੀ ਦੀ ਪੋਲਿਆ ਅੱਜ ਖੋਲਦਾ ਹਾਂ, ਇੱਕ ਬੰਦੇ ਦੀ ਲਾਸ਼ ਮੋਹਰੇ ਪਈ ਮੇਰੇ, ਸ਼ਰਮਹਿਆਰ ਦੀ ਹੱਦ ਸਾਰੀ ਪਾਰ ਕੀਤੀ, ਉਹ ਬੰਦਾ ਗਿੱਲੇ ਪੋਚੇ ਉੱਤੋਂ ਲੰਘਿਆ ਸੀ, ਇੱਕ ਪਤਨੀ ਨੇ ਉਹਨੂੰ ਗੋਲੀ ਮਾਰ ਦਿੱਤੀ, 302 ਦੀ ਧਾਰਾ ਉਸਤੇ ਲੱਗਦੀ ਏ, ਕੀਤੇ ਕਤਲ ਦਾ ਪਰਚਾ ਤਿਆਰ ਕਰ ਲਓ, ਵੇਖਿਓ ਔਰਤ ਨਾ ਕਿਤੇ ਫਰਾਰ ਹੋ ਜਾਏ, ਲਾ ਕੇ ਹੱਥਕੜੀ ਉਹਨੂੰ ਗ੍ਰਿਫਤਾਰ ਕਰ ਲਓ, ਕੋਈ ਉਸ ਔਰਤ ਦੇ ਖੂਨ ਸਵਾਰ ਸਿਰ ਤੇ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਏ, ਆਪਣੀ ਜਾਨ ਨਹੀਂ ਜੋਖਮ ਵਿੱਚ ਪਾ ਸਕਦਾ, ਔਰਤ ਅਜੇ ਵੀ ਬੰਦੂਕ ਲਹਿਰਾ ਰਹੀ ਏ, ਥਾਣੇਦਾਰ ਜੀ ਮੈਨੂੰ ਜਰਾ ਮਾਫ਼ ਕਰਨਾ, ਆਪਣੀ ਜਾਨ ਨਹੀਂ ਮੈਂ ਦਾਅ ਤੇ ਲਾ ਸਕਦਾ, ਜਿੰਨੀ ਦੇਰ ਤੀਕਰ ਪੋਚਾ ਪੂਰਾ ਸੁੱਕਦਾ ਨਹੀਂ, ਗੁਰਮੋਹਣ ਜਾ ਕੇ ਹੱਥਕੜੀ ਨਹੀਂ ਲਾ ਸਕਦਾ। ਧੰਨਵਾਦ ਜੀ। ਵਾਹ ਜੀ ਵਾਹ, ਕਿਆ ਬਾਤ ਹੈ, ਗੁਰਮੋਹਣ ਜੀ ਦੀ ਰਚਨਾ
ਜਿਹੜੀ ਤੁਸੀਂ ਸਾਰਿਆਂ ਨੇ ਸੁਣੀ। ਸੋ ਅਗਲੀ ਰਚਨਾ ਵੀ ਸਟਾਰਟ ਹੋ ਗਈ ਸੀ, ਪਰ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਨੂੰ ਉਹ ਵੀ ਸੁਣਾਵਾਂਗੇ। ਸੋ ਅੱਜ ਜਿੰਨੀਆਂ ਆਡੀਓ ਰਚਨਾਵਾਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨੇ, ਉਹਨਾਂ ਦਾ ਸਿਲਸਿਲਾ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਾਰੀ ਰਹਿਣ ਵਾਲਾ। ਸੋ ਇਸ ਵੇਲੇ ਬਚਿੱਤਰ ਸਿੰਘ ਜੀ ਸਾਡੇ ਨਾਲ ਕਾਲ ਦੇ ਜ਼ਰੀਏ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਸਾਂਝ ਬਣਾਉਣੇ ਆ, ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਆਡੀਓ ਮੈਸੇਜ ਅਤੇ ਜਿਹੜੇ ਲਿਖਤੀ ਰੂਪ ਦੇ ਵਿੱਚ ਮੈਸੇਜ, ਲਿਖਤੀ ਰੂਪ 'ਚ ਰਚਨਾਵਾਂ ਮੇਰੇ ਕੋਲ ਪਹੁੰਚ ਰਹੀਆਂ ਨੇ, ਕਾਲਸ ਪਹੁੰਚ ਰਹੀਆਂ ਨੇ, ਸਾਰਿਆਂ ਨਾਲ ਸਾਂਝ ਬਣਾਵਾਂਗੇ। ਲੋ ਬਚਿੱਤਰ ਸਿੰਘ ਜੀ ਨਾਲ ਬਣਾਉਣੇ ਆ ਸਾਂਝ, ਵੇਖਦੇ ਅੱਜ ਕੀ ਲੈ ਕੇ ਪਹੁੰਚੇ ਨੇ। ਸੋ ਬਚਿੱਤਰ ਸਿੰਘ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਸ਼ੁਕਰੀਆ ਗਗਨ, ਸਾਰੇ ਮੇਰੇ ਬੰਨਿਓ ਤੁਹਾਨੂੰ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਹ ਪਿਛਲੀ ਵਾਰੀ ਮੇਰੀ ਉਹ ਕਵਿਤਾ ਵਿਚਾਲੇ ਰਹਿ ਗਈ ਸੀਗੀ, ਤੇ ਮੈਂ ਅੱਜ ਤੁਹਾਨੂੰ ਉਹ ਪੂਰੀ ਸੁਣਾਉਣ ਲੱਗਿਆ। ਉਦਣ ਉਹ ਵਿਚਾਲੇ ਮੇਰਾ ਖਿਆਲ ਟੁੱਟ ਗਈ ਸੀਗੀ, ਲਾਈਨ ਟੁੱਟ ਗਈ ਸੀ, ਪਤਾ ਨੀ ਕੀ ਆ। ਤੇ ਉਹ ਨਾ ਉਹਦਾ ਹੈਗਾ ਹੈਡਿੰਗ ਆ ਕਵਿਤਾ ਦਾ ਗਗਨ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਮੇਰੀ ਨਹੀਂ ਪੁੱਗਦੀ ਮਨ ਮਰਜ਼ੀ, ਮਾਂ ਨੇ ਘੂਰੀ ਪਿਓ ਨੇ ਝਿੜਕੀ, ਵੀਰ ਮੇਰੇ ਨੇ ਵਰਜੀ। ਮਾਂ ਨੇ ਘੂਰੀ ਪਿਓ ਨੇ ਝਿੜਕੀ, ਵੀਰ ਮੇਰੇ ਨੇ ਵਰਜੀ। ਮੇਰੀ ਨਹੀਂ ਪੁੱਗਦੀ, ਨਹੀਂ ਪੁੱਗਦੀ ਮਨ ਮਰਜ਼ੀ, ਮੇਰੀ ਨਹੀਂ ਪੁੱਗਦੀ। ਅਗਲਾ ਬੰਦਾ, ਇੱਧਰ ਕੰਡੇ ਉੱਧਰ ਬਾੜਾਂ, ਇੱਧਰ ਕੰਡੇ ਉੱਧਰ ਬਾੜਾਂ, ਬਿੰਨੀਆਂ ਪਈਆਂ ਕੋਮਲ ਨਾੜਾਂ। ਇੱਕ ਇੱਕ ਸਾਹ ਦੀ ਖਾਤਰ ਅੜੀਓ ਸੌ ਸੌ ਵਾਰੀ ਮਰਦੀ। ਮੇਰੀ ਨਹੀਂ ਪੁੱਗਦੀ, ਨਹੀਂ ਪੁੱਗਦੀ ਮਨ ਮਰਜ਼ੀ, ਮੇਰੀ ਨਹੀਂ ਪੁੱਗਦੀ। ਅਗਲਾ ਹੈ, ਸਿਰਜਾਂ ਪਾਲਾਂ ਗੋਦ ਸੰਭਾਲਾਂ, ਸਿਰਜਾਂ ਪਾਲਾਂ ਗੋਦ ਸੰਭਾਲਾਂ, ਰਾਤ ਦਿਨੇ ਰਾਤ ਆਪਣੀ ਬਾਲਾਂ। ਕੁਲਦੇ ਚਾਨਣ ਖਾਤਰ ਆਪਣੀ ਖਾਕ ਚੋਂ ਦੀਵੇ ਘੜਦੀ। ਕੁਲ ਦੇ ਚਾਨਣ ਖਾਤਰ ਆਪਣੀ ਖਾਕ ਚੋਂ ਦੀਵੇ ਘੜਦੀ, ਮੇਰੀ ਨਹੀਂ ਪੁੱਗਦੀ, ਨਹੀਂ ਪੁੱਗਦੀ ਮਨ ਮਰਜ਼ੀ, ਮੇਰੀ ਨਹੀਂ ਪੁੱਗਦੀ। ਤੇ ਅਗਲਾ ਬੰਦਾ, ਚਰਖਾ ਕੱਤਾਂ ਸੂਤ ਬਣਾਵਾਂ, ਚਰਖਾ ਕੱਤਾਂ ਸੂਤ ਬਣਾਵਾਂ, ਸੂਹੇ ਸਾਵੇ ਰੰਗ ਚੜਾਵਾਂ, ਸਭ ਦੇ ਪਿੰਡੇ ਪੈਰਨ ਪਾਵਾਂ। ਆਪ ਆਪ ਰਹਾ ਮੈਂ ਠਰਦੀ, ਮੇਰੀ ਨਹੀਂ ਪੁੱਗਦੀ, ਨਹੀਂ ਪੁੱਗਦੀ ਮਨ ਮਰਜ਼ੀ। ਕਿਆ ਬਾਤ ਹੈ, ਕਿਆ ਬਾਤ। ਤੇ ਅਗਲਾ ਬੰਦਾ, ਬੂਟੇ ਲਾਵਾਂ ਪਾਣੀ ਲਾਵਾਂ, ਬੂਟੇ ਬੀਜਾਂ ਪਾਣੀ ਲਾਵਾਂ, ਤੇ ਸਿਹਰੇ ਗੁੰਦਾ ਸੁੱਖ ਮਨਾਵਾਂ। ਜਦ ਮੈਂ ਰੁੱਖ ਤੇ ਪੀਂਘ ਚੜਾਵਾਂ, ਫੇਰ ਨਾ ਦੁਨੀਆਂ ਜਰਦੀ। ਮੇਰੀ ਨਹੀਂ ਪੁੱਗਦੀ, ਨਹੀਂ ਪੁੱਗਦੀ ਮਨ ਮਰਜ਼ੀ, ਮੇਰੀ ਨਹੀਂ ਪੁੱਗਦੀ। ਅਮੜੀ ਅਮੜੀ ਕਹੇ ਪ੍ਰਾਹੁਣੀ ਆਈ, ਸੱਸੂ ਕਹੇ ਬਗਾਨੀ ਜਾਈ। ਅਮੜੀ ਕਹੇ ਪ੍ਰਾਹੁਣੀ ਆਈ, ਸੱਸੂ ਕਹੇ ਬਗਾਨੀ ਜਾਈ, ਸਾਰੀ ਉਮਰ ਪਤਾ ਨਾ ਲੱਗਿਆ ਧੀ ਮੈਂ ਕਿਹੜੇ ਘਰ ਦੀ। ਸਾਰੀ ਉਮਰ ਪਤਾ ਨਾ ਲੱਗਿਆ ਧੀ ਮੈਂ ਕਿਹੜੇ ਘਰ ਦੀ, ਮੇਰੀ ਨਹੀਂ ਪੁੱਗਦੀ, ਨਹੀਂ ਪੁੱਗਦੀ ਮਨ ਮਰਜ਼ੀ, ਮੇਰੀ ਨਹੀਂ ਪੁੱਗਦੀ। ਤੇ ਆਖਰੀ ਬੰਦਾ ਗਗਨ ਜੀ, ਬਈ ਗੁੜ ਪੂਣੀ ਦੀ ਲੋੜ ਨਾ ਕੋਈ, ਗੁੜ ਪੂਣੀ ਦੀ ਲੋੜ ਨਾ ਕੋਈ, ਨਾ ਕੋਈ ਹੁਕਮ ਤੇ ਨਾ ਰਜੋਈ। ਦੱਬਣ ਦੀ ਵੀ ਲੋੜ ਕੋਈ ਨਾ, ਜੰਮਣੋ ਪਹਿਲਾਂ ਮਰਦੀ। ਕਿਆ ਬਾਤ ਹੈ, ਦੱਬਣ ਦੀ ਵੀ ਲੋੜ ਕੋਈ ਨਾ, ਜੰਮਣੋ ਪਹਿਲਾਂ ਮਰਦੀ, ਮੇਰੀ ਨਹੀਂ ਪੁੱਗਦੀ, ਨਹੀਂ ਪੁੱਗਦੀ ਮਨ ਮਰਜ਼ੀ, ਮੇਰੀ ਨਹੀਂ ਪੁੱਗਦੀ। ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਨਾ, ਬਈ ਜਦੋਂ ਵੀ ਧੀ ਜੰਮ ਪੈਂਦੀ ਸੀ ਨਾ, ਤੇ ਉਹਦੇ ਮੂੰਹ ਚ ਗੁੜ ਦੀ ਰੋੜੀ ਦੇ ਦਿੰਦੇ ਸੀ, ਤੇ ਹੱਥ ਚ ਪੋਣੀ ਫੜਾ ਦਿੰਦੇ ਸੀ, ਤੇ ਉਹਨੂੰ ਨਾ ਕਿਤੇ ਰੋੜੇ ਆਉਂਦੇ ਸੀਗੇ ਹਨਾ, ਕਿਸੇ ਚੀਜ਼ ਦੇ ਵਿੱਚ ਪਾ ਕੇ, ਤੇ ਮਗਰੋਂ ਕਹਿੰਦੇ ਸੀ ਬਈ ਗੁੜ ਖਾਵੀ ਪੂਣੀ ਕੱਤੀ, ਆਪ ਨਾ ਆਈ ਵੀਰੇ ਨੂੰ ਕੱਤੀ। ਬਿਲਕੁਲ ਜੀ, ਬਿਲਕੁਲ। ਤੇ ਉਹ ਮਤਲਬ ਹੈ ਵੀ ਹੁਣ ਗੁੜ ਪੂਣੀ ਦੀ ਵੀ ਨੀ ਲੋੜ ਹੈ,
ਤੇ ਲਓ ਇਹ ਬੜੀ ਇੱਕ ਦਰਦ ਭਰੀ ਹੈਗੀ ਆ ਇਹ ਕਵਿਤਾ ਹੈ ਨਾ, ਜਿਹੜੀ ਕਿ ਧੀਆਂ ਦੇ ਉੱਤੇ ਹੈ ਨਾ ਢੁਕਦੀ ਆ ਸਾਰੀਆਂ ਤੇ। ਬਿਲਕੁਲ ਬਿਲਕੁਲ, ਬਚਿੰਦਰ ਸਿੰਘ ਜੀ ਬਹੁਤ ਸੋਹਣੀ ਰਚਨਾ। ਸੋ ਬਿਲਕੁਲ, ਜਿਹੜਾ ਭਰੂਣ ਹੱਤਿਆ ਦਾ ਇੱਕ ਸਾਡੇ ਸਮਾਜ ਦੇ ਵਿੱਚ ਕਲੰਕ ਹੈਗਾ, ਉਹਨੂੰ ਬਹੁਤ ਸੋਹਣੇ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਅਣਜੰਮੀਆਂ ਧੀਆਂ ਜਿਹੜੀਆਂ ਨੇ ਸਮਾਜ 'ਚ ਆਉਣ ਤੋਂ ਰੋਕ ਦਿੱਤੀਆਂ ਜਾਂਦੀਆਂ ਨੇ, ਤੇ ਕਿਸ ਤਰੀਕੇ ਦੇ ਨਾਲ ਅਨਿਆਏ ਹੁੰਦਾ। ਸੋ ਬਿਲਕੁਲ ਜੀ, ਮਰਜ਼ੀਆਂ ਜਿਹੜੀਆਂ ਧੀਆਂ ਦੀਆਂ ਅੱਜ ਵੀ ਕਿਤੇ ਨਾ ਕਿਤੇ ਨਹੀਂ ਪੁੱਗਦੀਆਂ ਨੇ, ਤੇ ਸਮਾਜ ਦੇ ਵਿੱਚ ਹਜੇ ਵੀ ਕਮੀਆਂ ਹੈਗੀਆਂ ਨੇ, ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਈਆਂ। ਬਿਲਕੁਲ, ਜਿਹੜੀਆਂ ਗੱਲਾਂ ਮਤਲਬ ਬਚ ਵੀ ਜਾਂਦੀਆਂ ਨੇ ਨਾ, ਉਹਨਾਂ ਦੀ ਵੀ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਆਜ਼ਾਦੀ ਵਾਲੀ ਨਹੀਂ ਹੁੰਦੀ ਹੈ। ਬਿਲਕੁਲ ਬਿਲਕੁਲ। ਸੋ ਵਾਕਈ ਬਚਿੰਦਰ ਸਿੰਘ ਜੀ, ਬਹੁਤ ਸੋਹਣੀ ਰਚਨਾ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਧੀਆਂ ਦਾ ਦਰਦ ਇਸ ਰਚਨਾ ਚ ਬਿਆਨ ਕੀਤਾ। ਸੋ ਬਹੁਤ ਬਹੁਤ ਸ਼ੁਕਰੀਆ ਇਸ ਮੰਚ ਤੇ ਆਉਣ ਦੇ ਲਈ, ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ। ਤੇ ਖੁਸ਼ਹਾਲ ਸਿੰਘ ਮੱਲ ਜੀ ਸਾਡੇ ਨਾਲ ਜੁੜੇ ਨੇ, ਪਰ ਉਸ ਤੋਂ ਪਹਿਲਾਂ ਇੱਕ ਹੋਰ ਆਡੀਓ ਮੈਸੇਜ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਸੁਣਾਵਾਂਗੇ, ਜੋ ਰਿਕਾਰਡਿੰਗ ਦੇ ਰੂਪ ਦੇ ਵਿੱਚ ਮੇਰੇ ਕੋਲ ਪਹੁੰਚਿਆ ਹੋਇਆ। ਸੋ ਇਹ ਆਡੀਓ ਮੈਸੇਜ ਪਹੁੰਚਿਆ ਜੀ ਰਮਨ ਵਰਮਾ ਜੀ ਹੋਰਾਂ ਵੱਲੋਂ। ਆਓ ਫਿਰ ਪਹਿਲਾਂ ਇਸ ਆਡੀਓ ਮੈਸੇਜ ਨੂੰ ਸੁਣਦੇ ਹਾਂ, ਤੇ ਉਸ ਤੋਂ ਬਾਅਦ ਖੁਸ਼ਹਾਲ ਸਿੰਘ ਮੱਲ ਜੀ ਨਾਲ ਸਾਂਝ ਬਣਾਵਾਂਗੇ, ਫਿਰ ਅਗਲੇ ਜਿਹੜੇ ਸਾਡੇ ਕਾਲਰ ਨੇ, ਹਾਲੇ ਮੈਂ ਨਾਮ ਨਹੀਂ ਦੱਸਣਾ ਕਿਹਨਾਂ ਨਾਲ ਸਾਂਝ ਬਣਾਵਾਂਗੇ, ਜਦੋਂ ਆਉਣਗੇ ਉਦੋਂ ਹੀ ਦੱਸੂੰਗੀ। ਤੇ ਲਓ ਫਿਰ ਆਡੀਓ ਮੈਸੇਜ ਸੁਣੋ ਪਹਿਲੇ। ਰੇਡੀਓ ਚੰਨ ਪ੍ਰਦੇਸੀ ਸੁਣ ਰਹੇ ਤਮਾਮ ਸਰੋਤਿਆਂ ਨੂੰ ਤੇ ਸਮੁੱਚੀ ਟੀਮ ਨੂੰ ਤੇ ਰੱਬ ਵਰਗੇ ਤਮਾਮ ਸਰੋਤਿਆਂ ਨੂੰ ਤੇ ਖਾਸ ਤੌਰ ਤੇ ਮੈਡਮ ਗਗਨਦੀਪ ਜੀ ਆਪ ਜੀ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਰਮਨ ਵਰਮਾ, ਮੇਰੇ ਨਾਲ ਅਮਨ ਵਰਮਾ, ਦਿਵਿਆਂਸ਼ ਵਰਮਾ, ਸਿਦਕ ਵਰਮਾ ਤੇ ਸਮੂਹ ਵਰਮਾ ਫੈਮਿਲੀ, ਨੇੜੇ ਬੱਸ ਅੱਡਾ ਪਿੰਡ ਬੁਰਜ ਹਨੂੰਮਾਨਗੜ੍ਹ, ਨੀਅਰ ਮੰਡੀ ਅਰਨੀਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਜੀ ਹਾਜ਼ਰੀ ਲਗਵਾ ਰਹੇ ਹਾਂ ਅੱਜ ਆਡੀਓ ਦੇ ਜ਼ਰੀਏ। ਉਮੀਦ ਕਰਾਂਗੇ ਮੈਡਮ ਗਗਨਦੀਪ ਜੀ ਜ਼ਰੂਰ ਕਬੂਲ ਕਰੋਗੇ। ਇਹ ਦਿਲ ਮੇਰੇ ਵਸ ਦੇ ਵਿੱਚ ਹੁਣ ਰਹਿੰਦਾ ਨਹੀਂ, ਇਹ ਦਿਲ ਮੇਰੇ ਵਸ ਦੇ ਵਿੱਚ ਰਹਿੰਦਾ ਨਹੀਂ, ਦੁੱਖ ਤਾਂ ਹੁੰਦੇ ਆ ਪਰ ਹੋਰਾਂ ਨੂੰ ਕਹਿੰਦਾ ਨਹੀਂ, ਦੁੱਖ ਤਾਂ ਹੁੰਦੇ ਆ ਪਰ ਹੋਰਾਂ ਨੂੰ ਕਹਿੰਦਾ ਨਹੀਂ। ਹੁਣ ਮੇਰਾ ਵੀ ਰੂਪ ਬਦਲਦਾ ਜਾਂਦਾ ਹੈ, ਹੁਣ ਮੇਰਾ ਵੀ ਰੂਪ ਬਦਲਦਾ ਜਾਂਦਾ ਹੈ, ਹੁਣ ਮੈਂ ਵੀ ਐਵੇਂ ਗੱਲ ਕਿਸੇ ਦੀ ਸਹਿੰਦਾ ਨਹੀਂ, ਮੈਂ ਵੀ ਗੱਲ ਕਿਸੇ ਦੀ ਸਹਿੰਦਾ ਨਹੀਂ। ਵੈਸੇ ਜਿੱਥੇ ਬਹੀਏ ਰੌਣਕ ਲਾ ਦਈਏ, ਜਿੱਥੇ ਬਹੀਏ ਉੱਥੇ ਰੌਣਕ ਲਾ ਦਈਏ, ਉਂਝ ਛੇਤੀ ਮੈਂ ਮਹਿਫਲ ਦੇ ਵਿੱਚ ਬਹਿੰਦਾ ਨਹੀਂ, ਉਂਝ ਮੈਂ ਛੇਤੀ ਮਹਿਫਲ ਦੇ ਵਿੱਚ ਬਹਿੰਦਾ ਨਹੀਂ। ਇੱਕ ਮੁਟਿਆਰ ਦੀ ਯਾਦ ਭੁਲਾਈ ਨਹੀਂ ਜਾਂਦੀ, ਇੱਕ ਮੁਟਿਆਰ ਦੀ ਯਾਦ ਭੁਲਾਈ ਨਹੀਂ ਜਾਂਦੀ, ਉੱਦਾਂ ਮੈਨੂੰ ਕੁਝ ਵੀ ਚੇਤੇ ਰਹਿੰਦਾ ਨਹੀਂ, ਉਂਝ ਕੁਝ ਵੀ ਮੈਨੂੰ ਚੇਤੇ ਰਹਿੰਦਾ ਨਹੀਂ। ਉਸ ਦੇ ਪਿੰਡ ਨੂੰ ਮੇਰੇ ਪਿੰਡ ਤੋਂ ਮੈਪ ਉੱਤੇ ਕਿਹੜਾ ਦਿਨ ਹੈ ਜਿਹੜਾ ਦਿਨ ਮੈਂ ਵੇਂਹਦਾ ਨਹੀਂ, ਜਿਹੜਾ ਦਿਨ ਹੈ ਮੈਂ ਵੇਂਹਦਾ ਨਹੀਂ। ਜਿਸ ਨੇ ਮੇਰੇ ਦਿਲ ਵਿੱਚ ਜੋਤ ਜਗਾਈ ਹੈ ਉਸਦਾ ਜਾਦੂ ਹੁਣ ਮੇਰੇ ਤੋਂ ਲਹਿੰਦਾ ਨਹੀਂ। ਸੋ ਆਵਾਜ਼ ਦੀ ਤਮਾਮ ਦੁਨੀਆਂ ਦੇ ਦੋਸਤਾਂ ਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਤੇ ਮੈਡਮ ਗਗਨਦੀਪ ਜੀ ਨੂੰ, ਆਪ ਜੀ ਨੂੰ ਨਿਮਰਤਾ, ਸਤਿ ਸ਼੍ਰੀ ਅਕਾਲ, ਨਮਸਕਾਰ, ਧੰਨਵਾਦ ਮੈਡਮ ਜੀ। ਬਿਲਕੁਲ, ਹੁਣ ਤੁਸੀਂ ਸਾਰਿਆਂ ਨੇ ਸੁਣੀ ਆਵਾਜ਼ ਅਮਨ ਵਰਮਾ, ਰਮਨ ਵਰਮਾ ਜੀ ਹੋਰਾਂ ਦੇ ਵੱਲੋਂ ਇਹ ਇੱਕ ਆਡੀਓ ਮੈਸੇਜ ਸਾਡੇ ਕੋਲ ਪਹੁੰਚਿਆ ਸੀ। ਸੋ ਬਹੁਤ ਹੀ ਸੋਹਣੀ ਰਚਨਾ ਤੇ ਬਾਕਮਾਲ। ਤੇ ਲੋ ਜੀ, ਹੁਣ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਖੁਸ਼ਹਾਲ ਸਿੰਘ ਮੱਲ ਜੀ ਗੁਜਰਪੁਰ ਕਲਾਂ ਤੋਂ, ਉਸ ਤੋਂ ਬਾਅਦ ਅਮਰਜੀਤ ਜੀ ਰਾਈਟਰ ਨੇ ਜੋ ਧੂਰੀ ਤੋਂ ਪ੍ਰੋਗਰਾਮ ਨਾਲ ਸਾਂਝ ਬਣਾ ਚੁੱਕੇ ਨੇ, ਤੇ ਨਾਲ ਹੀ ਤੁਹਾਡੇ ਮੇਰੇ ਕੋਲ ਮੈਸੇਜਸ ਜਿਹੜੇ ਆ ਬਹੁਤ ਸਾਰੇ ਆ ਰਹੇ ਨੇ। ਪਰਮਿੰਦਰ ਖਹਿਰਾ ਜੀ ਕਹਿ ਰਿਹਾ ਕਿ ਬਹੁਤ ਸੋਹਣੀ ਰਚਨਾ, ਤੇ ਨਾਲ ਕਹਿ ਰਿਹਾ ਜੀ ਸਾਡੇ ਸਮਾਜ ਦਾ ਦੁਖਾਂਤ ਹੈ, ਅਸੀਂ ਦੋਗਲੇ ਕਿਰਦਾਰ ਵਾਲੇ ਸਮਾਜ ਦੇ ਲੋਕਾਂ, ਬਹੁਤ ਦੁਖਦਾਈ ਜਿਹੜਾ ਗੱਲ ਹੈ ਸਾਡੇ ਸਾਰਿਆਂ ਵਾਸਤੇ। ਸੋ ਬਿਲਕੁਲ, ਜੋ ਰਚਨਾ ਸੁਣਾਈ ਸੀ ਪ੍ਰੋਗਰਾਮ ਦੇ ਵਿੱਚ ਧੀਆਂ ਦੇ ਨਾਲ ਜੁੜੀ ਹੋਈ, ਸੋ ਵਾਕਈ ਗੱਲ ਤੁਹਾਡੀ ਸਹੀ ਹੈ ਬਚਿੱਤਰ ਸਿੰਘ ਜੀ, ਜਿਹੜਾ ਇੱਕ ਬਹੁਤ ਦੁਖਾਂਤ ਸਾਡੇ ਸਮਾਜ ਦਾ ਉਹਦੇ ਉੱਪਰ ਰਚਨਾ ਸੁਣਾ ਕੇ ਗਏ। ਸੋ ਲਓ ਜੀ, ਰਿਸ਼ਪਾਲ ਜੀ ਲੰਡਨ ਤੋਂ ਬੜੇ ਦਿਨਾਂ ਬਾਅਦ ਪਹੁੰਚ ਗਏ ਨੇ ਵੋਲਵਰ ਹੈਮਟਨ ਸ਼ਹਿਰ ਤੋਂ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿ ਰਹੇ ਗਗਨ ਜੀ ਹਾਜ਼ਰੀ ਕਬੂਲ ਕਰੋ। ਸੋ ਬਿਲਕੁਲ ਕਬੂਲ ਤੁਹਾਡੀ ਹਾਜ਼ਰੀ ਰਿਸ਼ਪਾਲ ਜੀ। ਤੇ ਰਾਮ ਸਿੰਘ ਜੀ ਫੁੱਲੋ ਮਿੱਠੀ ਤੋਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ, ਤੇ ਗਿਆਰਾਂ ਗੁਲਾਟੀ ਜੀ ਵੱਲੋਂ ਵੀ ਬਹੁਤ ਸਾਰੇ ਮੈਸੇਜ ਪਹੁੰਚ ਗਏ ਨੇ। ਮਨਪ੍ਰੀਤ ਜੀ ਦੀ ਕਹਿੰਦੇ ਰਚਨਾ ਬਹੁਤ ਖੂਬਸੂਰਤ ਸੀ, ਗੁਰਮੋਹਰ ਜੀ ਦੀ ਜਿਹੜਾ ਚੁਟਕਲਾ ਰੂਪੀ ਰਚਨਾ ਉਹ ਬਾ ਕਮਾਲ ਸੀ, ਬਹੁਤ ਵਧੀਆ ਲੱਗੀ। ਤੇ ਨਾਲ ਬਚਿੱਤਰ ਸਿੰਘ ਜੀ ਦੀ ਰਚਨਾ ਵੀ ਬਹੁਤ ਵਧੀਆ, ਅਮਨ ਵਰਮਾ ਜੀ ਦੀ ਰਚਨਾ ਵੀ ਬਹੁਤ ਖੂਬਸੂਰਤ ਸੀ। ਤੇ ਨਾਲ ਨਾਲ
रमन वर्मा जी वालों तय दिलो जिहड़ा धन्नवाद पहुंच गया सो शुक्रिया। ते नाल ही सुखपाल जी नैशनल कलोनी तो प्रोग्राम दे नाल जुड़ गए ने, सत श्री अकाल। बहुत खूब रमन वर्मा जी, बहुत सोहनी रचना। कैप्टन बलजिंदर सिंह प्रिंसीपल ने जी प्रोग्राम दे नाल अज भी सांझ बन गया, हमेशा अपने नाल गुलमोहर दे फुल लैके आउंदे ने, अज भी पहुंचे ने। सूरज प्रकाश जी दीनानगर तो साडे नाल ने, जसविंदर जी विनीपेग तो प्रोग्राम दे नाल जुड़े ने, वाजीवा बचित्र सिंह जी ते सारयां दी कलाकारी, ते नाल नाल सुरजीत सिंह जी औलख कह रहे ने जी बहुत वधिया। बहुत सारिया मिस कॉल सुरजीत सिंह औलख दियां भी साडे कोल पहुंच गईयां ने, बहुत जल्द सांझ बनावांगे। ते हरदयाल जी बोस्टन तो कह रहे, गगन जी प्रोग्राम नूं सुन रहे हां पर अज कॉल नहीं होनी, अज थोड़ी जी असीं बिजी हां। खैर कोई गल नहीं, हरदयाल जी जरूर सांझ बनावांगे कल दे प्रोग्राम च सही। ते सुरजीत जी बहरीन तो बहुत सारिया मिस कॉल सुरजीत जी तुहाडियां भी है, बहुत जल्द तुहाडे नाल भी प्रोग्राम दे विच सांझ बनावांगे। मनजीत जी मुकेरियां कैलीफोर्निया तो प्रोग्राम दे नाल जुड़े हुए ने जी, सत श्री अकाल सारे श्रोतियां नूं बुला रहे ने। रणजीत जी दुबई तो कह रहे जी गुड, ते हुण आवाज मतलब सही आउण लग गया, शुक्रिया। ते नाल ही प्रोग्राम दे विच प्रगट फौजी जी पुर्तगाल तो प्रोग्राम दे नाल जुड़े ने, मनजिंदर बुट्टर जी विनीपेग तो, सारे श्रोतियां नूं गगन जी कहिंदे मेरे वल्लों सत श्री अकाल। रुपिंदर कौर मल्ली जी पटियाला तो साडे नाल ने, जगतार सिंह राय जी विनीपेग तो, झंडा जी छोटे खुट बिल्कुल जी अमेरिका तो जुड़दे ने, गगन भैन जी सत श्री अकाल, तुहानूं भी सत श्री अकाल। ते लो हुण आपां चलदे आं कॉल दे वल, खुशहाल सिंह मल जी इंतजार करदे आ बणाउणे आ सांझ। खुशहाल जी बहुत बहुत स्वागत प्रोग्राम च। सब तो पहला प्यार भरे सत श्री अकाल जी, असि भी पत्थर वांगू जम जाईदा फिर मौका देख लैने भी हुण नवें शहर वाले आ गए, कोई नहीं ला लो होल्ड च, क्योंकि पत्थर कदे गुलाम नहीं हुंदे, कोरे वर के कदे किताब नहीं हुंदे, जेकर जेकर लाइए जारी बोलिया फिर यारां नाल कदे हिसाब नहीं। क्या बात है, क्या बात है खुशहाल जी। मैं लगता भी जिन्हें चिर इंतजार किया उन्ने चिर च शायरी देख रहे भी ढुकवी जी केड़ी सूट करूगी इस सिचुएशन ते। बिलकुल, मैं हुण इन्ना चिर होल्ड च पया, हुण कुछ ना कुछ तो जरूर आवे ना बिलकुल साडे हरदयाल जी दा जो बिजी लगदा जां तां फिर जलेबियां कढ दे जां फिर कढ दे लड्डू। हां जो दस दे नहीं पर स्मैल आ रही है। अच्छा नहीं खुशबू, हां जी खुशबू, हां जी। ਇਦਾਂ ਹੀ ਨਾ ਇੱਕ ਕਿਸਾਨ ਪਰਿਵਾਰ ਸੀਗਾ, ਤੇ ਉਹ ਕਿਸਾਨ ਖੇਤਾਂ ਚਲ ਗਿਆ, ਤੇ ਉਹਦੀ ਵਾਈਫ ਕੰਮ ਕੁ ਨਿਬੜ ਕੇ ਆਰਾਮ ਨਾਲ ਮੰਜੇ ਤੇ ਸੌਂ ਗਈ, ਪੱਖਾ ਪੁੱਖਾ ਚੱਲਦਾ ਸੀਗਾ। ਤੇ ਜੋ ਸਿਖਰ ਤੇ ਪਹਿਰੇ ਵਾਪਸ ਆਇਆ ਤੇ ਇੱਕ ਨਾਗਨ ਉਹਨਾਂ ਦੇ ਨਾ ਉਹਦੀ ਵਾਈਫ ਦੇ ਪੈਰਾਂ ਚ ਕੁੰਡਲੀ ਬਣਾ ਕੇ ਬੈਠੀ। ਅੱਛਾ, ਤੇ ਉਹਦੀ ਪਤਨੀ ਬੇਫਿਕਰ ਹੋ ਕੇ ਸੁੱਤੀ ਪਈ ਸੀ। ਤੇ ਕਿਸਾਨ ਬੜਾ ਖੁਸ਼ ਆ ਵੀ ਲੈ ਤਾਂ ਅੱਜ ਗੱਲ ਬਣ ਗਈ। ਉਹ ਮਰ ਬੇਚਾਰੇ ਨਾਗਨ ਦੇ ਕੋਲ ਆਇਆ, ਕਹਿੰਦਾ ਅਰੇ ਡਸ ਲੈ ਡਸ ਲੈ ਇਸਕੋ। ਅੱਛਾ, ਅੱਛਾ ਉਹਨੇ ਨਾਗਨ ਨੇ ਫੇਰ ਨੀ ਦੇਖਿਆ, ਉਹਨੇ ਫਿਰ ਕਰੀ ਕੇ ਕਹਿੰਦਾ ਡਸ ਲੈ ਵੀ ਨਾਗਨ ਹੀ ਹੈ। नागन ने जो देखा ना उन्हें अखा खोलिया, किसान जी अखा च अखा पाई, कहिंदा कमीने इसके मैं पैर छू नहीं आई हूं, ये तो मेरी गुरु है। क्या बात है। सोईदे स्कूल विच जो स्कूल पढ़ते होंगे ना, हिंदी वाली मैडम ने उन्हें तो हिंदी बोलना, अंग्रेजी वाली ने बोलना अंग्रेजी बोलनी, सानू मैथ तो बड़ा डर लगता सी। ते साडे इक काफी शरारती सी बच्चा सारा सीगा, उहदा नाम कुलविंदर सीगा। ਤੇ ਉਹ ਕਹਿੰਦਾ ਅੱਜ ਮਾਸਟਰ ਜੀ ਨੂੰ ਵੀ ਉਲਝਾਉਣਾ ਵੇ ਆਪਾਂ ਥਿਊਰਮਾ ਦੇ ਵਿੱਚ। ਅੱਛਾ, ਤੇ ਕੋਈ ਨਾ ਕੋਈ ਗੱਲ ਮੈਂ ਇੱਦਾਂ ਦੀ ਛੇੜੂਗਾ, ਤੁਸੀਂ ਮਾੜੀ ਮੋਟੀ ਗੱਲ ਨਾਲ ਚੋਰੀ ਦੇਖੋ। ਅਸੀਂ ਵੀ ਜੋ ਥਿਊਰਮ ਲਿਖੀ ਦੀ ਸੀ ਨਾ ਥੱਲੇ ਉੱਤਰ ਸਹੀ ਕਰਦੇ, ਪਰ ਲੈਣਾ ਭਾਵੇਂ ਉੱਤੇ ਥੱਲੇ ਹੋ ਜਾਣ, ਮਾਸਟਰ ਨੂੰ ਵੀ ਚੱਕਰ ਪੈ ਜਾਂਦਾ ਸੀਗਾ ਵੀ ਸਵਾਲ ਥੱਲੇ ਹੋਏ ਤਾਂ ਸਹੀ, ਉੱਪਰੋਂ ਠੀਕ ਹੈ, ਵਿਚਾਲੇ ਗਲਤ ਕੀਤਾ, ਨੰਬਰ ਕੱਟੀ ਕਿੱਥੋਂ। ਤੇ ਉਹ ਇੱਦਾਂ ਹੀ ਉਹ ਛੇੜ ਬੈਠਾ, ਕਹਿੰਦਾ ਜੀ ਸਰ, ਕਹਿੰਦਾ ਸਾਰੇ ਹਿੰਦੀ ਵਾਲੇ ਹਿੰਦੀ ਚ ਗੱਲ ਕਰਦੇ ਆ, ਅੰਗਰੇਜ਼ੀ ਵਾਲੇ ਅੰਗਰੇਜ਼ੀ, ਤੁਸੀਂ ਮੈਥ ਚ ਕਦੇ ਨੀ ਗੱਲ ਕਰਦੇ। ਮਾਸਟਰ ਨੂੰ ਆਇਆ ਗੁੱਸਾ, ਕਹਿੰਦਾ ਤਿੰਨ ਪੰਜ ਨਾ ਕਰ, ਨੌ ਦੋ ਗਿਆਰਾਂ ਹੋ ਜਾ। ਕਹਿੰਦਾ ਛੇ ਜੇ ਜਿਹੜੇ ਤੇਰੇ ਛੇ ਹੈ ਨਾ, ਛੇ ਕੇ ਬੱਤੀ ਨਜ਼ਰ ਆਏਗੇ, 36 ਨਜ਼ਰ ਆਏਗੇ, ਔਰ 32 ਕੇ ਬੱਤੀ ਬਾਹਰ ਆ ਜਾਏਗੇ। ਉਹ ਹੱਥ ਜੋੜ ਕੇ ਖੜਾ, ਕਹਿੰਦਾ ਮਾਸਟਰ ਜੀ ਹੁਣ ਗਾਹ ਨਾ ਬੋਲਿਓ, ਮੈਂ ਤਾਂ ਬਹੁਤ ਖੌਫ ਨਾ ਗਿਆ। ਕਿਆ ਬਾਤ ਹੈ, ਸੋ ਮਾਸਟਰਾਂ ਦੀ ਭਾਸ਼ਾ ਦੇਖ ਲਓ ਹਨਾ, ਬਾ ਕਮਾਲ ਹੁੰਦੀ ਹੈ। ਤੇ ਲਓ ਫਿਰ ਹੁਣ ਹਰਦਿਆਲ ਜੀ ਕਹਿੰਦੇ ਆ, ਉਹ ਯੈਸ ਕਹਿੰਦੇ ਮੈਂ ਜਲੇਬੀਆਂ ਬਣਾ ਰਿਹਾ ਅੱਜ, ਕਹਿੰਦੇ ਸਾਡੀ ਡਾਟਰ ਇਨ ਲਾ ਦਾ ਬਰਥਡੇ ਆ ਮਨਦੀਪ ਕੌਰ। ਸੋ ਬਿਲਕੁਲ ਹਰਦਿਆਲ ਜੀ, ਫਿਰ ਤੇ ਘਰ ਪਾਰਟੀ ਚੱਲ ਰਹੀ ਹੈ ਸਾਡੇ ਵੱਲੋਂ, ਸਾਰੇ ਰੇਡੀਓ ਪਰਿਵਾਰ ਦੇ ਵੱਲੋਂ ਮਨਦੀਪ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਨਾਲ ਢੇਰ ਸਾਰੀਆਂ ਦੁਆਵਾਂ। ਤੇ ਜਲੇਬੀਆਂ ਜਿਹੜੀਆਂ ਨੇ ਫੋਟੋਆਂ ਦੇ ਰੂਪ ਚ ਸਾਡੇ ਕੋਲ ਜ਼ਰੂਰ ਪਹੁੰਚਾ ਦਿਓ, ਤਾਂ ਕਿ ਅਸੀਂ ਵੀ ਫਿਰ ਤੁਹਾਡੀ ਪਾਰਟੀ ਦੇ ਵਿੱਚ ਸ਼ਰੀਕ ਹੋ ਲਈਏ। ਸੋ ਸਾਰੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ ਅਸੀਂ ਜਲੇਬੀਆਂ ਜੀ, ਪੂਰੇ ਚੰਨ ਪ੍ਰਦੇਸੀ ਵੱਲੋਂ ਜਨਮ ਦੀਆਂ ਮੁਬਾਰਕਾਂ, ਕਿਉਂਕਿ ਜਦੋਂ ਇਹ ਬਿਜ਼ੀ ਹੁੰਦੇ ਜ਼ਿਆਦਾ ਜਲੇਬੀਆਂ ਕੱਢਦੇ ਆ ਇਹ, ਕਿਉਂਕਿ ਖਾਣੀਆਂ ਨੀ ਆਪ ਹੁੰਦੀਆਂ, ਬਹਾਨਾ ਗੋਰਿਆਂ ਦੇ ਲਾਉਣ ਦੇ ਵੀ ਉਹ ਮੰਗਦੇ ਆ।
ਉਹ ਤਾਂ ਫਿਰ ਹੁਣ ਆਪਾਂ ਨੂੰ ਹਰਦਿਆਲ ਜੀ ਦੱਸਣਗੇ। ਸੋ ਬਹੁਤ ਵਧੀਆ ਲੱਗਿਆ ਖੁਸ਼ਹਾਲ ਜੀ ਤੁਸੀਂ ਇਸ ਮੰਚ ਤੇ ਪਹੁੰਚੇ ਤੇ ਚੱਟਾਨ ਵਾਂਗੂ ਜਿਹੜਾ ਬਿਲਕੁਲ ਵੇਟਿੰਗ ਦੇ ਵਿੱਚ ਖੜੇ ਰਹੇ, ਇੱਧਰ ਉੱਧਰ ਨਹੀਂ ਗਏ। ਸੋ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਨਾਲ ਜੁੜਨ ਦੇ ਲਈ, ਸਾਂਝ ਪਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇਹ ਸਨ ਖੁਸ਼ਹਾਲ ਜੀ। ਲੋ ਫਿਰ ਹੁਣ ਸਾਡੇ ਨਾਲ ਅਗਲੇ ਸਾਡੇ ਸਰੋਤੇ ਨੇ ਜਿਨ੍ਹਾਂ ਦੀ ਸਾਂਝ ਬਣੀ ਹੋਈ ਹੈ, ਅਮਰਜੀਤ ਜੀ ਧੂਰੀ ਤੋਂ, ਜੋ ਰਾਈਟਰ ਨੇ, ਕਲਮ ਬਹੁਤ ਸੋਹਣੀ ਇਹਨਾਂ ਦੀ ਜਿਹੜੀ ਹੈ, ਕਲਾਕਾਰੀਆਂ ਕਰਦੀ ਹੈ। ਅੱਜ ਕੀ ਲੈ ਕੇ ਆਏ ਨੇ ਰਚਨਾ ਦੇ ਰੂਪ ਦੇ ਵਿੱਚ ਰਚ ਕੇ ਪਾਉਣੇ ਆ ਸਾਂਝ। ਬਹੁਤ ਬਹੁਤ ਸਵਾਗਤ ਅਮਰਜੀਤ ਜੀ ਪ੍ਰੋਗਰਾਮ ਚ। ਲੜਦੇ ਰਹਿ ਗਏ ਲੋਕ ਆਜ਼ਾਦੀ ਸਿਆਸਤ ਦਾਨਾਂ ਦੀ, ਰੁਕੀ ਨਹੀਂ ਬਰਬਾਦੀ ਇੱਥੇ ਨੇਕ ਨਿਸ਼ਾਨਾਂ ਦੀ। ਲੜਦੇ ਰਹਿ ਗਏ ਲੋਕ ਆਜ਼ਾਦੀ ਸਿਆਸਤਦਾਨਾਂ ਦੀ, ਰੁਕੀ ਨਹੀਂ ਬੁਰਬਾਦੀ ਇੱਥੇ ਨੇਕ ਨਿਸ਼ਾਨਾਂ ਦੀ। ਗਦਰੀ ਬਾਬੇ ਮੁੜ ਮੁੜ ਸਾਨੂੰ ਚੇਤੇ ਆਉਂਦੇ ਨੇ, ਭਗਤ ਸਿੰਘ ਜੈ ਜੋ ਦੇ ਹੁਣ ਸਾਨੂੰ ਕਿੱਥੇ ਥਿਉਂਦੇ ਨੇ। ਦੇਸ਼ ਆਜ਼ਾਦ ਕਰਾ ਕੇ ਦੇਣ ਅਣਖੀ ਪਰਵਾਨਿਆਂ ਦੀ, ਲੜਦੇ ਰਹਿ ਗਏ ਲੋਕ ਆਜ਼ਾਦੀ ਸਿਆਸਤਦਾਨਾਂ ਦੀ। ਗੱਭਰੂ ਤੇ ਮਠਿਆਰਾਂ ਦੇ ਹੁਣ ਸੁਪਨੇ ਰੁਲ ਗਏ ਨੇ, ਭੁੱਖੇ ਮਰਦੇ ਛੱਡ ਪੰਜਾਬ ਵਿਦੇਸ਼ ਨੂੰ ਤੁਰ ਗਏ ਨੇ। ਦਾਤੇ ਲਾਇਆ ਭਵਿੱਖ ਦੇਣ ਹੈ ਬੇਈਮਾਨਾਂ ਦੀ, ਲੜਦੇ ਰਹਿ ਗਏ ਲੋਕ ਆਜ਼ਾਦੀ ਸਿਆਸਤਦਾਨਾਂ ਦੀ। 190 ਆਜ਼ਾਦੀ ਲਈ ਸ਼ਹੀਦੀ ਪਾ ਗਏ ਸੀ, ਜਲਿਆਂ ਵਾਲੇ ਬਾਗ ਚ ਆਪਣਾ ਖੂਨ ਬਹਾ ਗਏ ਸੀ। ਹੈਗੀ ਸਭ ਧਰਮਾਂ ਦੇ ਲੋਕੀ, ਐਸੀ ਸਭ ਧਰਮਾਂ ਦੇ ਲੋਕੀ, ਸੱਚੀ ਗੱਲ ਵਿਦਵਾਨਾਂ ਦੀ। ਲੜਦੇ ਰਹਿ ਗਏ ਲੋਕ ਆਜ਼ਾਦੀ ਸ਼ਸਤਦਾਨਾਂ ਦੀ। ਆਓ ਪੰਜਾਬ ਬਚਾਈਏ ਕਰਕੇ ਖੂਬ ਦਲੇਰੀ ਵਈ, ਅਮਨ ਦੇਸ਼ ਨੂੰ ਖਾ ਗਏ ਕਰਕੇ ਹੱਥ ਫੇਰੀ ਵਈ। ਆਓ ਪੰਜਾਬ ਬਚਾਈਏ ਕਰਕੇ ਖੂਬ ਦਲੇਰੀ ਵਈ, ਅਮਨ ਦੇਸ਼ ਨੂੰ ਖਾ ਗਏ ਕਰਕੇ ਹੱਥ ਫੇਰੀ ਵਈ। ਅਕਲਾਂ ਦੀ ਇਹ ਲੜਾਈ ਨਾ ਕੋਈ ਤੀਰ ਕਮਾਨਾਂ ਦੀ, ਲੜਦੇ ਰਹਿ ਗਏ ਲੋਕ ਆਜ਼ਾਦੀ ਸ਼ਸਤਦਾਨਾਂ ਦੀ। ਲੜਦੇ ਰਹਿ ਗਏ ਲੋਕ ਆਜ਼ਾਦੀ ਸ਼ਸਤਦਾਨਾਂ ਦੀ। ਵਾਹ ਜੀ ਵਾਹ, ਕਿਆ ਬਾਤ ਹੈ ਅਮਰਜੀਤ ਜੀ, ਬਹੁਤ ਸੋਹਣੀ ਰਚਨਾ। ਸੋ ਬਹੁਤ ਵਧੀਆ ਲੱਗਿਆ ਜੀ ਇਸ ਰਚਨਾ ਨੂੰ ਸੁਣ ਕੇ। ਸੋ ਬਿਲਕੁਲ ਜੀ, ਲੜਦੇ ਰਹਿ ਗਏ ਲੋਕੀ ਆਜ਼ਾਦੀ ਸਿਆਸਤਦਾਨਾਂ ਦੀ। ਸੋ ਬਿਲਕੁਲ ਬਹੁਤ ਸੋਹਣਾ, ਬਹੁਤ ਧੰਨਵਾਦ ਜੀ, ਬਹੁਤ ਜਿਹੜਾ ਤੁਸੀਂ ਵਧੀਆ ਤਰੀਕੇ ਨਾਲ ਮਤਲਬ ਪ੍ਰੋਗਰਾਮ ਚਲਾ ਰਹੇ ਹੋ ਜੀ। ਤੁਸੀਂ ਇੱਕ ਬਹੁਤ ਦਲੇਰ ਹੋ, ਹਿੰਮਤ ਵਾਲੇ ਹੋ ਜੀ, ਜਿਹੜੇ ਇੰਨੇ ਤਰੀਕੇ ਇੰਨਾ ਤਰੀਕੇ ਨਾਲ ਤੁਸੀਂ ਅਟੈਂਡ ਕਰਦੇ ਹੋ, ਸਭ ਨੂੰ ਸਭ ਦਾ ਸਤਿਕਾਰ ਪ੍ਰਾਪਤ ਕਰਦੇ ਹੋ, ਕਿਸੇ ਤੋਂ ਪਿਆਰ ਕਰ ਲੈਂਦੇ ਹੋ ਜੀ, ਬਹੁਤ ਉਦਮ ਤੁਹਾਡਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ, ਇੰਨੇ ਪਿਆਰੇ ਅਲਫਾਜ਼ਾਂ ਦੇ ਲਈ, ਸੋਹਣੇ ਸ਼ਬਦਾਂ ਦੇ ਨਾਲ ਨਿਵਾਜ਼ਣ ਦੇ ਲਈ ਦਿਲੋਂ ਸ਼ੁਕਰੀਆ। ਤੇ ਤੁਸੀਂ ਇਸ ਮੰਚ ਤੇ ਬਹੁਤ ਸੋਹਣੀ ਰਚਨਾ ਲੈ ਕੇ ਪ੍ਰੋਗਰਾਮ ਦਾ ਹਿੱਸਾ ਬਣੇ, ਬਹੁਤ ਬਹੁਤ ਸ਼ੁਕਰੀਆ। ਸੋ ਵਾਕਈ ਜੀ ਬਹੁਤ ਸੋਹਣੀ ਰਚਨਾ, ਤੇ ਇਸ ਰਚਨਾ ਦੀ ਜੇ ਡੂੰਘਾਈ ਨੂੰ ਸਮਝੀਏ ਤੇ ਸਾਨੂੰ ਸਮਝ ਆ ਜਾਣੀ ਹੈ ਕਿ ਸਿਆਸਤਦਾਨਾਂ ਦੀ ਇਸ ਸਿਆਸਤ ਦੇ ਵਿੱਚ ਨੁਕਸਾਨ ਸਿਰਫ ਆਮ ਲੋਕਾਂ ਦਾ ਹੁੰਦਾ ਜਦੋਂ ਅਸੀਂ ਇਸ ਸਿਆਸਤਾਂ ਦਾ ਹਿੱਸਾ ਬਣ ਜਾਂਦੇ ਹਾਂ। ਸੋ ਇਸ ਵੇਲੇ ਭੀਮ ਸੈਨ ਜੀ ਸਾਡੇ ਨਾਲ ਨੇ, ਆਓ ਪਾਉਣੇ ਹਾਂ ਸਾਂਝ ਭੀਮ ਸੈਨ ਜੀ ਦੇ ਨਾਲ, ਤੇ ਦੇਖਦੇ ਹਾਂ ਜੀ ਭੀਮ ਜੀ ਕੀ ਲੈ ਕੇ ਪਹੁੰਚੇ ਨੇ ਇਸ ਮੰਚ ਦੇ ਸਾਡੇ ਸਾਰਿਆਂ ਨਾਲ ਸਾਂਝਾ ਕਰਨ ਦੇ ਲਈ। ਭੀਮ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਭੀਮ ਸੈਨ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਹੈਲੋ
ਲੱਗਦਾ ਜੀ ਭੀਮ ਜੀ ਫੋਨ ਮਿਲਾ ਕੇ ਇੱਧਰ ਉੱਧਰ ਗਵਾਚ ਗਿਆ, ਜਾਂ ਤਾਂ ਭੀਮ ਜੀ ਨੂੰ ਹੋਣਾ ਵੀ ਪਤਾ ਨਹੀਂ ਕਾਲ ਕਨੈਕਟ ਹੋਣੀ ਹੈ ਕਿ ਨਹੀਂ, ਸੋ ਮੈਨੂੰ ਲੱਗਦਾ ਉਹਨਾਂ ਨੇ ਫੋਨ ਹੀ ਸਾਈਡ 'ਤੇ ਰੱਖਤਾ ਹੈ। ਅਤੇ ਖੈਰ ਭੀਮ ਜੀ ਫਿਰ ਹੁਣ ਦੁਬਾਰਾ ਹੀ ਡਾਇਲ ਕਰਨਾ ਪੈਣਾ ਤੁਹਾਨੂੰ। ਅਤੇ ਹੁਣ ਚੱਲਦੇ ਆਪਾਂ ਰਣਦੀਪ ਕੌਰ ਖੰਗੂੜਾ ਜੀ ਵੱਲ, ਜੋ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਵੇਖੀ ਕੀ ਲੈ ਕੇ ਪਹੁੰਚੇ ਨੇ ਰਣਦੀਪ ਜੀ, ਸਵਾਗਤ ਪ੍ਰੋਗਰਾਮ 'ਚ। ਸ਼ੁਕਰੀਆ ਭੈਣੇ, ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਬੜੇ ਜੋਸ਼ ਵਾਲੀ ਆਵਾਜ਼ ਦੇ ਵਿੱਚ ਅੱਜ ਕੀ ਸੁਣਾ ਰਹੇ ਹੋ ਫਿਰ ਸਾਨੂੰ? ਅੱਜ ਮੈਂ ਪਈ ਨਹੀਂ, ਮੈਂ ਬੈਠੀ ਹੋਈ ਆ, ਨਹੀਂ ਤਾਂ ਮੈਨੂੰ ਨੀਂਦ ਆਉਣ ਲੱਗ ਜਾਂਦੀ ਹੈ। ਮਤਲਬ ਕਿ ਅੱਜ ਨੀਂਦ ਨਹੀਂ ਆਈ ਰਣਦੀਪ ਜੀ ਨੂੰ? ਨਹੀਂ ਤਾਂ ਮੈਂ ਗੁਣ 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 ਗੁਣਾਉਣੇ ਹੋਈ ਜਾਂਦੀ ਹੈ ਨੀਂਦ ਚ। ਤੇ ਚਲੋ ਫਿਰ ਅੱਜ ਕੜਕਦੀ ਆਵਾਜ਼, ਬਿਨਾਂ ਨੀਂਦ ਵਾਲੀ ਆਵਾਜ਼ ਕੀ ਲੈ ਕੇ ਆਏ? ਹਾਂਜੀ, ਅੱਜ ਮੈਂ ਸੁਣਾ ਰਹੀ ਹਾਂ ਗੁਰਚਰਨ ਸਿੰਘ ਸੇਖੋਂ ਬੋਰਡ ਹਾਈ ਸਰੀ ਕੈਨੇਡਾ ਵਾਲਿਆਂ ਦਾ ਲਿਖਿਆ ਹੋਇਆ ਬੂਬਨੇ ਦਾ ਡੇਰਾ ਸੰਭਰੇ। ਵਾਹ, ਆ ਜਾਓ ਫਿਰ। ਕਹਿੰਦੇ ਮੁੱਠੀ ਚਾਪੀ ਕਰੇ ਸਾਧ ਦੀ, ਮੁੱਠੀ ਚਾਪੀ ਕਰੇ ਸਾਧ ਦੀ, ਪੈਰੀ ਹੱਥ ਨਾ ਸੋਹਰੇ ਦੇ ਲਾਵੇ, ਬੂਬਨੇ ਦਾ ਡੇਰਾ ਸੁੰਭਰੇ, ਬੂਬਨੇ ਦਾ ਡੇਰਾ ਸੁੰਭਰੇ, ਕਰੇ ਸੱਸ ਤੋਂ ਸਫਾਈਆਂ ਕਰਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਮੁੱਠੀ ਚਾਪੀ ਕਰੇ ਸਾਧ ਦੀ, ਭੇਖੀਆਂ ਦੇ ਕੋਲੋਂ ਪੁੱਤ ਲੱਭਦੀ, ਸੇਵਾ ਬੂਬਨੇ ਸਾਧ ਦੀ ਕਰਕੇ, ਦੰਬੀਆਂ ਦੇ ਜੋੜੇ ਪੂਜਦੀ, ਧੂਫਾਂ ਕਰਦੀ ਕੰਸ ਉੱਤੇ ਧਰ ਕੇ, ਦੰਬੀਆਂ ਦੇ ਜੋੜੇ ਪੂਜਦੀ, ਧੂਫਾਂ ਕਰਦੀ ਕੰਸ ਉੱਤੇ ਧਰ ਕੇ, ਚੰਮਦੀਆਂ ਚੁੰਮੇ ਜੁੱਤੀਆਂ, ਚੰਮਦੀਆਂ ਚੁੰਮੇ ਜੁੱਤੀਆਂ, ਮੋੜ ਮੋੜ ਕੇ ਮੱਥੇ ਨਾਲ ਲਾਵੇ, ਬੂਬਨੇ ਦਾ ਡੇਰਾ ਸੁੰਭਰੇ, ਬੂਬਨੇ ਦਾ ਡੇਰਾ ਸੁੰਭਰੇ, ਕਰੇ ਸੱਸ ਤੋਂ ਸਫਾਈਆਂ ਕਰਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਉਹ ਮੁੱਠੀ ਚਾਪੀ ਕਰੇ ਸਾਧ ਦੀ, ਰੋਲਤੀਆਂ ਸੋਲਾਂ ਪੜੀਆਂ ਕੀ ਪਿਆ ਤਾਂ ਸਵਾਦ ਤੋਂ ਲਿਆ ਕੇ, ਰੋਲਤੀਆਂ ਸੋਲਾਂ ਪੜੀਆਂ ਕੀ ਪਿਆ ਤਾਂ ਸਾਧ ਤੋਂ ਲਿਆ ਕੇ, ਪਖੰਡੀਆਂ ਨੂੰ ਰੱਬ ਆਖਦਾ, ਲੱਤਾਂ ਘੁੱਟਦਾ ਡੇਰੇ ਉੱਤੇ ਜਾ ਕੇ, ਪਖੰਡੀਆਂ ਨੂੰ ਰੱਬ ਆਖਦਾ, ਲੱਤਾਂ ਘੁੱਟਦਾ ਡੇਰੇ ਉੱਤੇ ਜਾ ਕੇ, ਚਾਰੇ ਖੁੰਜੀ ਮੇਖਾਂ ਗੱਡੀਆਂ, ਚਾਰੇ ਖੁੰਜੀ ਮੇਖਾਂ ਗੱਡੀਆਂ, ਘਰ ਕੀਲ ਕੇ ਚੁੜੇਲਾਂ ਨੂੰ ਪੁਜਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਮੁੱਠੀ ਚਾਪੀ ਕਰੇ ਸਾਧ ਦੀ, ਪੈਰੀ ਹੱਥ ਨਾ ਸੋਹਰੇ ਦੇ ਲਾਵੇ, ਬੂਬਨੇ ਦਾ ਡੇਰਾ ਸੁੰਭਰੇ, ਬੂਬਨੇ ਦਾ ਡੇਰਾ ਸੁੰਭਰੇ, ਕਰੇ ਸੱਸ ਤੋਂ ਸਫਾਈਆਂ ਕਰਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਘਰ ਦੀ ਤਕੀਦਾ ਸੱਸ ਨੂੰ ਚਿੱਤ ਲਾ ਕੇ ਕਰ ਲੈ ਸਫਾਈਆਂ, ਸਾਡੇ ਘਰ ਆਉਣਾ ਰੱਬ ਨੇ, ਹੋ ਜਾਣੀਆਂ ਸਫਲ ਕਮਾਈਆਂ, ਸਾਡੇ ਘਰ ਆਉਣਾ ਰੱਬ ਨੇ, ਹੋ ਜਾਣੀਆਂ ਸਫਲ ਕਮਾਈਆਂ, ਦੇਸੀ ਘਿਓ ਦਾ ਕਰੇ ਹਲਵਾ, ਦੇਸੀ ਘਿਓ ਦਾ ਕਰੇ ਹਲਵਾ, ਕੱਚੇ ਦੁੱਧ ਦੀ ਉਹ ਖੀਰ ਬਣਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਮੁੱਠੀ ਚਾਪੀ ਕਰੇ ਸਾਧ ਦੀ, ਪੈਰੀ ਹੱਥ ਨਾ ਸੋਹਰੇ ਦੇ ਲਾਵੇ, ਬੂਬਨੇ ਦਾ ਡੇਰਾ ਸੁੰਭਰੇ, ਬੂਬਨੇ ਦਾ ਡੇਰਾ ਸੁੰਭਰੇ, ਕਰੇ ਸੱਸ ਤੋਂ ਸਫਾਈਆਂ ਕਰਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਉਹ ਮੁੱਠੀ ਚਾਪੀ ਕਰੇ ਸਾਧ ਦੀ, ਹਾਥੀ ਵਾਂਗੂ ਆਵੇ ਝੂਲਦਾ, ਨਾਲ ਸਾਧ ਤੇ ਹੱਟੇ ਕੱਟੇ ਚੇਲੇ, ਪੈਰਾਂ ਤੋਂ ਨਾ ਸਿਰ ਚੱਕਦੀ, ਮੱਥਾ ਹੋਏ ਨੇ ਸਭ ਮਸਾਂ ਹੋਏ ਨੇ ਸਬੱਬ ਨਾਲ ਮੇਲੇ, ਪੈਰਾਂ ਤੋਂ ਨਾ ਸਿਰ ਚੱਕਦੀ, ਮਸਾਂ ਹੋਏ ਨੇ ਸਬੱਬ ਨਾਲ ਮੇਲੇ, ਸੱਸ ਤੋਂ ਲਹਾ ਕੇ ਬਾਲੀਆਂ, ਸੱਸ ਤੋਂ ਲਹਾ ਕੇ ਬਾਲੀਆਂ, ਜੋੜੀ ਕੰਗਣਾ, ਜੋੜੀ ਕੰਗਣਾ ਦੀ ਬਾਬੇ ਨੂੰ ਕਰਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਮੁੱਠੀ ਚਾਪੀ ਕਰੇ ਸਾਧ ਦੀ, ਪੈਰੀ ਹੱਥ ਨਾ ਸੋਹਰੇ ਦੇ ਲਾਵੇ, ਬੂਬਨੇ ਦਾ ਡੇਰਾ ਸੁੰਭਰੇ, ਬੂਬਨੇ ਦਾ ਡੇਰਾ ਸੁੰਭਰੇ, ਕਰੇ ਸੱਸ ਤੋਂ ਸਫਾਈਆਂ ਕਰਾਵੇ, ਮੁੱਠੀ ਚਾਪੀ ਕਰੇ ਸਾਧ ਦੀ, ਉਹ ਮੁੱਠੀ ਚਾਪੀ ਕਰੇ ਸਾਧ ਦੀ, ਭੇਖੀਆਂ ਦਾ ਖਹਿੜਾ ਛੱਡ ਦੋ, ਘਰੇ ਕਰ ਲੋ ਬਜ਼ੁਰਗਾਂ ਦੀ ਸੇਵਾ, ਮਾਪਿਆਂ ਦੀ ਸੇਵਾ ਕਰਕੇ ਮਿਲ ਜਾਂਦਾ ਹੈ ਘਰੋਂ ਹੀ ਮੇਵਾ, ਮਾਪਿਆਂ ਦੀ ਸੇਵਾ ਕਰਕੇ ਘਰੋਂ ਮਿਲ ਜਾਂਦਾ ਹੈ ਘਰੋਂ ਹੀ ਮੇਵਾ, ਅੰਤਰੇ ਸਥਾਈਆਂ ਲਿਖ ਕੇ,
अंतरे सथाइया लिख के सेखो भरमा दा परदा हटावे मुठी चापी करे साध दी मुठी चापी करे साध दी पैरी हाथ ना सोरे दे लावे भूबने दा डेरा सुंबरे भूबने दा डेरा सुंबरे करो सस तो सफाइया करावे मुठी चापी करे साध दी ओ मुठी चापी करे साध दी ओ मुठी चापी करे साध दी लो जी वाह जी वाह क्या बात है रणदीप बहुत सोहनी रचना बहुत बहुत शुक्रिया प्रोग्राम दे नाल तुसी जुड़े इस मंच दे आए ते रचना जिहड़ी है सुनाई है ते बहुत बहुत शुक्रिया इस वेले दुबई तो साडे नाल बख्शी राम जी जुड़े आओ फिर चलते हैं बख्शी जी वाल सो बख्शी राम जी बहुत बहुत स्वागत प्रोग्राम जो सत श्री अकाल गगन भैन जी सत श्री अकाल बहुत बहुत स्वागत ते अज फिर बख्शी जी मैं तेरे पैरी गया का बन की मेरे दिल चो उठ दिया हुका मैनू पुछ दिया ने मेरे दिल चो उठ दिया हुका मैनू पुछ दिया ने किथे गुम हो जांदी एनी सोहनी रा बन की नीतू बिलां वांगू चढ़ गई रूदियां रुखां ते कि मैं तेरे पैरी गियां का बन की तेरी राह विचों कच दी टोटी चुगदी रहे इना तलियां ती तेरे नाम दे सुरगी उगदी रहे नीतू सुपना बन के मिल जानी रातानू थी मैं तड़के उठ के निकली दिन चौंता बन की नीतू मिला वांगू चढ़ गई रोदिया रुखाते थी मैं तेरी पैरी रुकिया हां का बन की मेरे दिल चो उठ दिया हुका मैनू पुछ दिया ने कि गुम हो जांदे एने सुनेरा बन की थैंक यू वेरी मच गगन जी जी बहुत बहुत शुक्रिया बख्शी जी प्रोग्राम दे विच आने दे लई बहुत ही सोहना गीत इस मंच दे साडे सारयां दे नाल सांझा करन दे लई सो बिलकुल जी इस वेले गिल आंटी साडे नाल जुड़ चुके ने आओ गिल आंटी जी वल चलदे आं वेखदे आं गिल आंटी की खास लैके पहुंचे ने अज सानू सारयां नू सुनाउण दे वास्ते इस कला मंच सिलसिले दे विच सो गिल आंटी बहुत बहुत स्वागत प्रोग्राम चो सत श्री अकाल बेटे सारयां नू सत श्री अकाल तुहानू वी जी चलो जी अज मेरा मन नहीं सी मैं आख्या फिर मैं पई रही हां फिर मैं उठी मैं आखा हुण चलो गगन नाल दिमाग फ्रेश कर लईए क्या बात है चलो मैं दो तीन बोलियां दो टप्पे सुना देंगी थोड़ा मन मेरा भी औला हो जाएगा जरूर मिठिया मिठिया मार के ठग लेंदे मिट्टियां मारते ठग लेंदे इन्हां दा मुंह ना इन्हां नूं मुंह ना लाइए चुप करके लंघ जाइए इन्हां छड़िया दा कदी वसा ना खाइए इन्हां छड़िया दा कदी वसा ना खाइए इन्हां छड़िया दा लैवे देवरा तेरा कुर्ता धो दिया लैवे देवरा तेरा कुर्ता धो दिया पा के कलमी छोरा विच परजाइयां दे नच लकलहरिया मोरा विच परजाइयां दे मैं तां तैनूं लैण आ गया मैं तां तेनू लैन आ गया तू वड़ बैठी कुंजे लेके जाऊंगा मोती बाग दिए कुंजे लेके जाऊंगा कमला मेरे पल्ले पै गया कमला मेरे पल्ले पै गया आखा मेरी तकदीर नू नी ला के तड़का बह गया
ਨੀ ਲਾ ਕੇ ਤੜਕਾ ਪੈ ਗਿਆ ਬਦਾਮਾਂ ਵਾਲੀ ਖੀਰ ਨੂੰ ਲਾ ਕੇ ਤੜਕਾ ਪੈ ਗਿਆ ਬਦਾਮਾਂ ਵਾਲੀ ਖੀਰ ਦੋ ਟੱਪੇ ਸੁਣਾ ਦੇਣੀ ਬੈਠੇ ਹਨ ਜੀ ਜ਼ਰੂਰ ਜ਼ਰੂਰ ਹੈਲੋ ਹਾਂਜੀ ਗਿਲਾਂ ਜੀ ਜ਼ਰੂਰ ਜ਼ਰੂਰ ਦੋ ਫੁੱਲ ਕਮਲਾ ਦੋ ਮੈਂ ਕੱਲ ਲਿਖੇ ਸੀ ਦੋ ਫੁੱਲ ਕਮਲਾਏ ਹੋਏ ਨੇ ਸਾਡੇ ਨਾਲੋਂ ਚੰਨਾ ਬਟਨ ਚੰਗੇ ਜਿਹੜੇ ਤੁਸੀਂ ਕੁੜਤੇ ਤੇ ਲਾਏ ਹੋਏ ਵਾਹ ਮੈਂ ਖਣੀਆਂ ਬਨੇਰੇ ਤੇ ਚਿੱਤ ਮੇਰੇ ਠੇਰੂ ਤੁਹਾਡੇ ਡੇਰੇ ਤੇ ਮੰਦੇ ਹਾਲ ਨੇ ਬਿਮਾਰਾਂ ਦੇ ਇਸ਼ਕ ਦੇ ਜੋ ਰੋਗ ਅੰਦਰ ਰੋਗ ਲੱਗਾ ਨਾ ਇਸ਼ਕ ਦਾ ਜੋ ਇਸ਼ਕ ਦੇ ਵਿੱਚ ਵੜ ਗਏ ਬੇੜੇ ਡੁੱਬ ਗਏ ਨੇ ਹਜ਼ਾਰਾਂ ਦੇ ਨਾ ਤੇਰਾ ਲੀਤਾ ਈ ਸੱਚ ਦੱਸ ਤੂੰ ਮਾਇਆ ਕਦੀ ਯਾਦ ਵੀ ਕੀਤਾ ਈ ਬੋਲਣ ਦੀ ਥਾਂ ਕੋਈ ਨਾ ਜਿਹੜਾ ਸਾਨੂੰ ਰੋਗ ਲਾਇਆ ਉਸ ਰੋਗ ਦਾ ਨਾਂ ਕੋਈ ਨਾ ਮੀਂਹ ਪੈਂਦਾ ਬਰਾਂਡੇ ਵਿੱਚ ਮੀਂਹ ਪੈਂਦਾ ਏ ਫਾਂਡੇ ਦਾ ਭਿੱਜ ਗਈ ਮੈਂ ਬਾਹਰ ਖੜੀ ਚੰਨਾ ਬੂਹਾ ਖੋਲ ਦੇ ਬਰਾਂਡੇ ਦਾ ਚਿੱਠੀ ਮਾਈਏ ਨੂੰ ਪਾਉਣੀ ਏ ਸੌਖੀ ਨਹੀਂ ਲਾਉਣੀ ਤੇ ਔਖੀ ਤੋੜ ਨਿਭਾਉਣੀ ਏ ਔਖੀ ਤੋੜ ਨਿਭਾਉਣੀ ਏ ਔਖੀ ਤੋੜ ਨਿਭਾਉਣੀ ਓਕੇ ਬੇਟਾ ਕਿਆ ਬਾਤ ਹੈ ਗਿੱਲ ਆਂਟੀ ਬਹੁਤ ਸੋਹਣੀਆਂ ਬੋਲੀਆਂ ਬਹੁਤ ਸੋਹਣੇ ਤੁਹਾਡੇ ਮਾਈਏ ਤੇ ਬਹੁਤ ਵਧੀਆ ਲੱਗਿਆ ਤੁਸੀਂ ਇਸ ਮੰਚ ਤੇ ਆਏ ਤੇ ਉਮੀਦ ਹੈ ਕਿ ਹੁਣ ਤੁਹਾਡਾ ਮਨ ਬਿਲਕੁਲ ਹੌਲਾ ਹੋ ਗਿਆ ਹੋਣਾ ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾ ਕੇ ਇਸ ਪਰਿਵਾਰ ਦੇ ਵਿੱਚ ਆ ਕੇ ਸੋ ਬਿਲਕੁਲ ਜੀ ਮਨ ਹੌਲੇ ਰੱਖੋ ਤੇ ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਉਣ ਦੇ ਰਹੋ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਇਸ ਮੰਚ ਤੇ ਤਮਾਮ ਸਰੋਤਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਅਗਲੇ ਸਾਡੇ ਕਾਲਰ ਬਿਲਕੁਲ ਤਿਆਰ ਬਰ ਤਿਆਰ ਨੇ ਜੀ 905 ਲਾਸਟ ਨੰਬਰ ਹੈ ਤੇ ਮੇਰੇ ਕੋਲ ਸੁਨੇਹੇ ਵੀ ਬਹੁਤ ਸਾਰੇ ਆ ਰਹੇ ਨੇ ਸੁਰਜੀਤ ਜੀ ਬਹਿਰੀਨ ਤੋਂ ਜੁੜ ਗਏ ਨੇ ਰੁਪਿੰਦਰ ਕੌਰ ਮੱਲੀ ਜੀ ਪਟਿਆਲਾ ਤੋਂ ਕਾਲ ਦੇ ਜ਼ਰੀਏ ਅੱਜ ਮੈਨੂੰ ਲੱਗਦਾ ਪਹਿਲੀ ਵਾਰ ਸਾਂਝ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਜ਼ਰੂਰ ਸਾਂਝ ਬਣਾਵਾਂਗੇ ਤੇ ਇੱਕ ਨੰਬਰ ਜਿਹੜਾ ਸਾਡੇ ਨਾਲ ਬਿਲਕੁਲ ਕਨੈਕਟਡ ਸੀ 905 ਲਾਸਟ ਨੰਬਰ ਸੋ ਇਹ ਜਿਹੜੇ ਸਾਡੇ ਸਰੋਤੇ ਉਹਨਾਂ ਦੀ ਕਾਲ ਡਰੋਪ ਹੋ ਗਈ ਹੈ ਖੈਰ ਦੁਬਾਰਾ ਤੋਂ ਜੇ ਆਉਣਗੇ ਤੇ ਜ਼ਰੂਰ ਸਾਂਝ ਬਣਾਵਾਂਗੇ ਆਓ ਫਿਰ ਚੱਲਦੇ ਹਾਂ ਸੁਰਜੀਤ ਜੀ ਵੱਲ ਜੋ ਬਹਿਰੀਨ ਤੋਂ ਜੁੜੇ ਨੇ ਫਿਰ ਸੁਖਮੰਦਰ ਜੀ ਟੋਰੰਟੋ ਤੁਹਾਡੇ ਕੋਲ ਵੀ ਬਹੁਤ ਜਲਦ ਪਹੁੰਚਾਂਗੇ ਸੋ ਬਹੁਤ ਬਹੁਤ ਸਵਾਗਤ ਸੁਰਜੀਤ ਜੀ ਪ੍ਰੋਗਰਾਮ 'ਚ ਗਗਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਤੇ ਅੱਜ ਸੁਰਜੀਤ ਜੀ ਕੀ ਲੈ ਕੇ ਪਹੁੰਚੇ ਨੇ ਇਸ ਮੰਚ ਤੇ ਕਿਉਂਕਿ ਆਵਾਜ਼ ਤੁਹਾਡੀ ਬਾ ਕਮਾਲ ਹੈ ਅੱਜ ਕਿਹੜੀ ਸਿਰਜਣ ਹੈ ਜਿਹੜੀ ਸੰਗੀਤਮਈ ਰੂਪ ਦੇ ਵਿੱਚ ਸਾਨੂੰ ਸੁਣਨ ਨੂੰ ਮਿਲੇਗੀ ਅੱਜ ਮੈਂ ਕਾਫੀ ਸੁਣਾਣਾ ਬੁੱਲੇ ਸ਼ਾਹ ਦੀ ਜੀ ਸਾਰੇ ਬਹੁਤ ਸਾਰੇ ਬਹੁਤ ਵਧੀਆ ਗਾ ਕੇ ਆਏ ਜੀ ਬਾ ਕਮਾਲ ਸੀਗੇ ਸਾਰੇ ਕਮਾਲ ਤੇ ਮੈਂ ਅੱਜ ਗਾਣਾ ਸੁਣ ਲਾ ਰਾਲੀ ਦੇਵੋ ਨੀ ਬਦਾਈ ਆਵੋ ਨੀ ਸਿਓਰਾਲੇ ਦੇਵੋ ਨੀ ਬਦਾਈ ਨੀ ਮੈਂ ਬਰ ਪਾਇਆ ਰਾਜੇੜ ਮਾਹੀ ਨੀ ਮੈਂ ਬਰ ਪਾਇਆ ਰਾਜੇੜ ਮਾਹੀ ਆਵੋ ਨੀ ਸਿਓਰਾਲੇ ਦੇਵੋ ਨੀ ਬਦਾਈ ਆਵੋ ਨੀ ਸਿਓਰਾਲੇ ਦੇਵੋ ਨੀ ਬਦਾਈ ਨੀ ਮੈਂ ਬਰ ਪਾਇਆ ਰਾਜੇੜ ਮਾਹੀ ਨੀ ਮੈਂ ਬਰ ਪਾਇਆ ਰਾਜੇੜ ਮਾਹੀ ਓ ਅੱਜ ਦਾ ਰੋਜ ਮੁਬਾਰਕ ਚੜੀਆ ਅੱਜ ਬਾਰੋ ਜੀ ਮੁਬਾਰਕ ਚੜੀਆ ਹਾਏ ਰਾਜਾ ਸਾਡੇ ਵੇੜੇ ਵੜੀਆ ਹਾਏ ਰਾਜਾ ਸਾਡੇ ਵੇੜੇ ਵੜੀਆ ਹੱਥ ਖੂੰਡੀ ਮੋਢੇ ਕੰਬਲ ਤਰੀਆ ਹੱਥ ਖੂੰਡੀ ਮੋਢੇ ਕੰਬਲ ਤਰੀਆ ਚਾਕਾਂ ਵਾਲੀ ਹਾਏ ਸ਼ਕਲ ਬਣਾਈ ਨੀ ਮੈਂ ਬਰ ਪਾਇਆ ਰਾਜੇੜ ਮਾਹੀ ਨੀ ਮੈਂ ਬਰ ਪਾਇਆ ਰਾਜੇੜ ਮਾਹੀ ਆਵੋ ਨੀ ਸਿਓਰਾਲੇ ਦੇਵੋ ਨੀ ਬਦਾਈ ਆਵੋ ਨੀ ਸਿਓਰਾਲੇ ਦੇਵੋ ਨੀ ਬਦਾਈ ਨੀ ਮੈਂ ਬਰ ਪਾਇਆ ਰਾਜੇੜ ਮਾਹੀ
ਹੋ ਬੁੱਲੇ ਸ਼ਾਹ ਇੱਕ ਸੌਦਾ ਕੀਤਾ, ਬੁੱਲੇ ਸ਼ਾਹ ਇੱਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਮੈਂ ਪੀਤਾ, ਹੋ ਪੀਤਾ ਜ਼ਹਿਰ ਪਿਆਲਾ ਮੈਂ ਪੀਤਾ, ਨਾ ਕੁਜਲਾ ਤੋ ਡਾਲੀਤਾ, ਨਾ ਕੁਜਲਾ ਤੋ ਡਾਲੀਤਾ, ਦਰਦ ਦੁੱਖਾਂ ਦੀ ਹਾਏ ਗੱਠੜੀ ਚਾਈ, ਦਰਦ ਦੁੱਖਾਂ ਦੀ ਗੱਠੜੀ ਚਾਈ, ਨੀ ਮੈਂ ਵਾਰ ਪਾਇਆ ਰਾਜਣੇ ਮਾਹੀ, ਆਵੋ ਨੀ ਸਿਆਰਾਲੇ ਦੇਵੋ ਨੀ ਵਧਾਈ, ਆਵੋ ਨੀ ਸਿਆਰਾਲੇ ਦੇਵੋ ਨੀ ਵਧਾਈ, ਨੀ ਮੈਂ ਵਾਰ ਪਾਇਆ ਰਾਜਣੇ ਮਾਹੀ, ਨੀ ਮੈਂ ਵਰ ਪਾਇਆ ਰਾਜਣੇ ਮਾਹੀ। ਸ਼ੁਕਰੀਆ, ਮਿਹਰਬਾਨੀ। ਕੀ ਬਾਤ ਹੈ ਸੁਜੀ ਜੀ, ਬਹੁਤ ਸੋਹਣੀ ਆਵਾਜ਼ ਤੇ ਬਹੁਤ ਸੋਹਣਾ ਅੰਦਾਜ਼ ਤੇ ਬਹੁਤ ਸਾਰੇ ਸੁਨੇਹੇ ਵੀ ਪਹੁੰਚ ਗਏ ਨੇ। ਸੋ ਗਿਆਨ ਗੁਲਾਟੀ ਜੀ ਕਹਿ ਰਹੇ ਆ, ਬੁਲੰਦ ਆਵਾਜ਼ ਦੇ ਮਾਲਕ ਨੇ ਸੁਰਜੀਤ ਜੀ, ਬੁੱਲੇ ਸ਼ਾਹ ਦੀ ਕਾਫੀ ਬਹੁਤ ਹੀ ਖੂਬਸੂਰਤੀ ਦੇ ਨਾਲ ਸੁਣਾਈ ਹੈ। ਸੋ ਮਨਪ੍ਰੀਤ ਜੀ ਵੋਲਵਰ ਹੈਮਟਨ ਤੋਂ ਪਸੰਦ ਕਰ ਰਹੇ ਨੇ ਤੇ ਨਾਲ ਨਾਲ ਰਣਜੀਤ ਸਿੰਘ ਜੀ ਜਿਹੜੇ ਆ ਉਹ ਵੀ ਪਸੰਦ ਕਰ ਰਹੇ ਨੇ ਜੀ ਤੁਹਾਡੀ ਆਵਾਜ਼ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਇਸ ਮੰਚ ਤੇ ਆਉਣ ਦੇ ਲਈ ਔਰ ਬਹੁਤ ਹੀ ਸੁਰੀਲਾ ਗੀਤ ਜਿਹੜਾ ਇਸ ਮੰਚ ਤੇ ਸਾਡੇ ਸਾਰਿਆਂ ਨਾਲ ਸਾਂਝਾ ਕਰਨ ਦੇ ਲਈ। ਤੇ ਲੋ ਜੀ, ਇਸ ਵੇਲੇ ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਜੁੜੇ ਹੋਏ ਨੇ ਤੇ ਨਾਲ ਮੈਂ ਤੁਹਾਡੇ ਸੁਨੇਹੇ ਵੀ ਜਿਹੜੇ ਆ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਆ। ਤੇ ਰਣਜੀਤ ਜੀ ਦੁਬਈ ਤੋਂ ਕਹਿ ਰਹੇ ਆ ਜੀ, ਗਗਨ ਜੀ ਵਾਹ ਜਲੇਬੀਆਂ ਕਿਆ ਬਾਤ ਹੈ। ਸੋ ਸਟੇਟਸ 'ਤੇ ਮੈਂ ਪਹੁੰਚਾ ਦਿੱਤੀਆਂ ਨੇ ਜੀ ਹਰਦਿਆਲ ਜੀ ਵੱਲੋਂ ਬਣ ਰਹੀਆਂ ਤਾਜ਼ੀਆਂ ਤਾਜ਼ੀਆਂ ਜਲੇਬੀਆਂ, ਅਤੇ ਜੇ ਤੁਹਾਡਾ ਜੀ ਕਰਦਾ ਤਾਂ ਤੁਸੀਂ ਫੋਟੋ 'ਚੋਂ ਖਾ ਸਕਦੇ ਹੋ ਤੇ ਖਾ ਲਓ ਫਿਰ। ਤੇ ਰਣਜੀਤ ਜੀ ਜਿਹੜੇ ਆ ਦੁਬਈ ਤੋਂ ਕਹਿ ਰਹੇ ਆ, ਗਗਨ ਜੀ ਰੋਟੀ ਖਾਣ ਤੋਂ ਬਾਅਦ ਜਿਹੜਾ ਲੈਂਦੇ ਹਾਂ ਅਸੀਂ ਜਲੇਬੀਆਂ, ਸੋ ਬਿਲਕੁਲ ਜੀ ਆਰਾਮ ਨਾਲ ਜਿੰਨੀਆਂ ਜੀ ਕੀਤੀਆਂ ਖਾ ਲਿਓ, ਪਰ ਖਿਆਲ ਰੱਖਿਓ ਮਿੱਠਾ ਸਿਹਤ ਲਈ ਖਰਾਬ ਹੁੰਦਾ, ਇਸ ਕਰਕੇ ਥੋੜ੍ਹਾ ਜਿਹਾ ਕੰਟਰੋਲ ਕਰਕੇ। ਕਹਿੰਦੇ ਜੀ ਪੰਜਾਬ ਵਰਗੀਆਂ ਜਲੇਬੀਆਂ ਨਹੀਂ ਮਿਲਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ, ਪਰ ਦੇਖ ਲਓ ਹਰਦਿਆਲ ਜੀ ਬਿਲਕੁਲ ਪੰਜਾਬ ਵਰਗੀਆਂ ਬਣਾ ਰਹੇ ਨੇ ਅਤੇ ਆਪਾਂ ਨੂੰ ਬਣਾ ਕੇ ਵੀ ਦਿਖਾ ਰਹੇ ਨੇ। ਅਤੇ ਖੁਸ਼ਹਾਲ ਸਿੰਘ ਮੱਲ ਜੀ ਜਿਹੜੇ ਆ ਉਹ ਵੀ ਪ੍ਰੋਗਰਾਮ ਦੇ ਨਾਲ ਜੁੜੇ ਨੇ, ਕਹਿ ਰਹੇ ਆ ਜੀ ਨਵਾਂ ਸ਼ਹਿਰ ਤੋਂ ਬਹੁਤ ਸਾਰੇ ਥੰਮਸ ਅਪ ਸਮਾਈਲੀਜ਼ ਪਹੁੰਚ ਗਏ ਨੇ, ਸੋ ਗੀਤ ਇਹਨਾਂ ਨੂੰ ਪਸੰਦ ਆਇਆ। ਸੁਰਜੀਤ ਸਿੰਘ ਔਲਖ ਜੀ ਕਹਿ ਰਹੇ ਆ, ਗਗਨ ਜੀ ਤੁਸੀਂ ਮੇਰਾ ਫੋਨ ਨਹੀਂ ਚੁੱਕ ਰਹੇ। ਸੋ ਸੁਰਜੀਤ ਜੀ ਆਪਣੀਆਂ ਦੋਨੋਂ ਲਾਈਨਸ ਜਿਹੜੀਆਂ ਨੇ ਇਸ ਵੇਲੇ ਬਿਜ਼ੀ ਚੱਲ ਰਹੀਆਂ ਨੇ, ਅਤੇ ਤੁਸੀਂ ਕਾਲ ਕਰੋ ਜਦੋਂ ਵੀ ਲਾਈਨ ਫਰੀ ਹੋਊਗੀ, ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝ ਬਣਾਵਾਂਗੇ। ਫਿਲਹਾਲ ਮਨਪ੍ਰੀਤ ਜੀ ਪਿੰਡ ਵਾਂਦਰ ਤੋਂ ਪਹੁੰਚੇ ਨੇ, ਅਤੇ ਮਨਪ੍ਰੀਤ ਜੀ ਹੁਣ ਆਪਣਾ ਨਾ ਭੱਜਣ ਵਾਲਾ ਸਮਾਂ ਸ਼ੁਰੂ ਹੋ ਗਿਆ, ਕੀ ਲੈ ਕੇ ਆਇਓ, ਆ ਜਾਓ ਫਿਰ ਫਟਾਫਟ। ਬਸ ਮੈਂ ਤਾਂ ਸ਼ਾਰਟਕਟ ਛੋਟੀ ਜਿਹੀ ਕਹਾਣੀ ਹੈ ਜੀ ਮੇਰੇ ਕੋਲ, ਆ ਜਾਓ ਫਿਰ। ਕਹਿੰਦੇ ਮਾਂ, ਇੱਕ ਦਿਨ ਦੋ ਦੋਸਤ ਕਾਫੀ ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲੇ ਸੀ। ਇੱਕ ਦੋਸਤ ਨੇ ਦੂਜੇ ਦੋਸਤ ਨੂੰ ਵੈਸੇ ਹੀ ਪੁੱਛ ਲਿਆ, ਮਾਂ ਕਿਵੇਂ ਆ? ਉਹ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ ਤੇ ਉਸਨੇ ਕੋਈ ਜਵਾਬ ਨਹੀਂ ਦਿੱਤਾ, ਕਹਿੰਦਾ ਬਸ ਠੀਕ ਆ। ਪਰ ਘਰੇ ਐਵੇਂ ਕਲੇਸ਼ ਜਿਹਾ ਰਹਿੰਦਾ ਸੀ ਨਿੱਕੀ ਜਿਹੀ ਗੱਲ ਤੋਂ। 2 ਸਾਲ ਤੋਂ ਫਿਰ ਮਾਂ ਨੂੰ ਓਲਡ ਏਅਰ ਹੋਮ ਵਿੱਚ ਛੱਡ ਦਿੱਤਾ ਸੀ। ਅੱਜ ਉਸਦਾ ਜਨਮ ਦਿਨ ਮਿਲ ਕੇ ਆਇਆ। ਫਿਰ ਉਸਨੇ ਪਹਿਲੇ ਦੋਸਤ ਨੂੰ ਪੁੱਛਿਆ, ਤੇਰੀ ਮਾਂ ਤੇਰੇ ਕੋਲ ਹੀ ਰਹਿੰਦੀ ਹੈ? ਤਾਂ ਉਸਨੇ ਦਿਲ ਨੂੰ ਛੂਹਣ ਵਾਲਾ ਉੱਤਰ ਦਿੱਤਾ। ਉਸਨੇ ਕਿਹਾ, ਮੈਂ ਹਜੇ ਇੰਨਾ ਸਿਆਣਾ ਨਹੀਂ ਹੋਇਆ ਤੇ ਨਾ ਹੀ ਇੰਨਾ ਵੱਡਾ ਹੋਇਆ ਹਾਂ ਕਿ ਆਪਣੀ ਮਾਂ ਨੂੰ ਆਪਣੇ ਨਾਲ ਰੱਖ ਸਕਾਂ। ਮੈਂ ਆਪਣੀ ਮਾਂ ਦੇ ਨਾਲ ਰਹਿ ਰਿਹਾ। ਵਾਹ, ਕੀ ਬਾਤ ਹੈ। ਤਾਰਾ ਸਿੰਘ ਰਲੀਆਂ ਮੋਗੇ ਤੋਂ ਲਿਖੀ ਹੋਈ ਹੈ ਜੀ ਕਹਾਣੀ ਛੋਟੀ ਜੀ। ਜੀ ਵਾਕਈ ਗਗਨ ਜੀ, ਹਾਂਜੀ ਜੀ, ਆਪਾਂ ਜਲੇਬੀਆਂ ਦੀ ਗੱਲ ਚੱਲਦੀ ਹੈ ਜੀ, ਹਨਾ। ਤੇ ਕਹਿੰਦੇ ਵੀ ਬਾਈ ਹਰਦਿਆਲ ਜੀ ਜਾ ਵੜੇ ਫੋਰਨ ਕੰਟਰੀ ਵਿੱਚ, ਉੱਥੇ ਨਾ ਜਲੇਬੀਆਂ ਦਾ ਕੰਮ ਕਰ ਲਿਆ ਹਲਵਾਈ ਦਾ, ਤੇ ਇਹਨਾਂ ਤੋਂ ਕੋਈ ਅੰਗਰੇਜ਼ ਕਿਸੇ ਦਾ ਜਲੇਬੀਆਂ ਲੈ ਰਿਹਾ ਜਾ ਕੇ। ਅੱਛਾ। ਤੇ ਉਹ ਜਦੋਂ ਜਲੇਬੀਆਂ ਲੈ ਗਿਆ ਤੇ ਉਹ ਜਦੋਂ ਘਰੇ ਜਾ ਕੇ ਖਾਣ ਲੱਗੇ ਜੀ, ਉਹਦੇ ਚ ਵਾਲ ਨਿਕਲਿਆ। ਅੱਛਾ। ਤੇ ਉਹ ਅੰਗਰੇਜ਼ ਦੂਜੇ ਦਿਨ ਲੈਣ ਆਇਆ ਤੇ ਉਹ ਆ ਕੇ ਬਾਈ ਹਰਦਿਆਲ ਨਾਲ ਲੜਨ ਲੱਗ ਗਿਆ, ਕਹਿੰਦਾ ਯਾਰ ਤੂੰ ਕੈਸਾ ਬੰਦਾ ਹੈ, ਤੁਹਾਡੇ ਜਲੇਬੀ ਸੇ ਵਾਲ ਨਿਕਲਾ।
ਤੇ ਉਹ ਕਹਿੰਦਾ ਨਹੀਂ ਨਹੀਂ ਐਸਾ ਨੀ ਹੈ, ਕਹਿੰਦਾ ਹਾਂ ਅਸੀਂ ਮਾਰਕਾ ਪਾਉਣੇ ਆ ਇਹ ਜਲੇਬੀਆਂ ਦੇ ਵਿੱਚ। ਤੇ ਉਹ ਕਹਿੰਦਾ ਚਲੋ ਠੀਕ ਆ ਜੀ ਹੈਨਾ। ਉਹ ਫੇਰ ਜਲੇਬੀਆਂ ਲੈ ਗਿਆ, ਉਹਦੇ ਚ ਵਾਲ ਨਾ ਨਿਕਲਿਆ। ਅੱਛਾ। ਤੇ ਦੂਜੇ ਦਿਨ ਆ ਕੇ ਫੇਰ ਭਾਈ ਗੁਰਦਿਆਲ ਨੂੰ ਲੈਣ ਲੱਗ ਗਿਆ, ਕਹਿੰਦਾ ਵੀ ਇਹਦੇ ਚ ਹੁਣ ਮਾਰਕਾ ਨਿਕਲ ਰਿਹਾ ਨੀਗਾ। ਉਹ ਕਹਿੰਦਾ ਵਾਹ ਤੇਰੇ ਬਾਲਾ ਸਿਆਣਾ ਨੀ ਹੋ ਗਿਆ ਤੂੰ, ਕਹਿੰਦਾ ਜੇ ਅਸੀਂ ਹਰ ਵਾਰ ਮਾਰਕਾ ਪਾਉਣ ਲੱਗ ਗਏ ਸਾਡਾ ਸਾਰਾ ਟੱਬਰ ਗੰਜਾ ਹੋਜੂਗਾ। ਕਿਆ ਬਾਤ ਹੈ ਮਨਪ੍ਰੀਤ ਜੀ। ਸੋ ਹੁਣ ਜਵਾਬ ਤੁਹਾਨੂੰ ਹਰਦਿਆਲ ਜੀ ਦੇਣਗੇ। ਸੋ ਚੁਟਕਲਾ ਤੁਹਾਡਾ ਬਾ ਕਮਾਲ, ਬਹੁਤ ਵਧੀਆ ਲੱਗਿਆ ਪ੍ਰੋਗਰਾਮ ਦੇ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ ਹੁਣ ਸੁਖਮੰਦਰ ਜੀ ਜਿਹੜੇ ਆ ਟੋਰੰਟੋ ਤੋਂ ਸਾਡੇ ਨਾਲ ਜੁੜੇ ਹੋਏ ਨੇ, ਤੇ ਰੁਪਿੰਦਰ ਕੌਰ ਜੀ ਕਹਿ ਰਿਹਾ ਕਿ ਗਗਨ ਜੀ ਮੇਰਾ ਗੀਤ ਅੱਜ ਜ਼ਰੂਰ ਸੁਣਾ ਦਿਓ। ਸੋ ਬਿਲਕੁਲ ਜਾਂਦੇ ਜਾਂਦੇ ਜ਼ਰੂਰ ਤੁਹਾਡਾ ਗੀਤ ਸੁਣਾ ਕੇ ਜਾਵਾਂਗੇ ਜੋ ਤੁਸੀਂ ਇਸ ਮੰਚ ਤੇ ਸਾਡੇ ਕੋਲ ਪਹੁੰਚਾਇਆ। ਤੇ ਪਰਮਿੰਦਰ ਖਹਿਰਾ ਜੀ ਵੱਲੋਂ ਬਿਲਕੁਲ ਜੀ ਛੋਲੇ ਭਟੂਰਿਆਂ ਦੀ ਪਲੇਟ ਪਹੁੰਚ ਗਈ ਹੈ, ਤੇ ਉਹ ਵੀ ਆਪਾਂ ਸਟੇਟਸ ਤੇ ਪਹੁੰਚਾ ਦਿੱਤੇ ਨੇ। ਸੋ ਹੁਣ ਤੁਸੀਂ ਆਪਣੀ ਆਪਣੀ ਸਾਂਝ ਪਾਉਂਦੇ ਜਾਇਓ ਨਾਲ ਨਾਲ ਆਪਣੇ ਆਪਣੇ ਖਾਣਿਆਂ ਦੀ। ਹਾਂ ਕੱਲ ਤੋਂ ਨਾ ਮੈਂ ਤੁਹਾਡੇ ਸਾਰਿਆਂ ਦੀਆਂ ਖਾਣਿਆਂ ਦੀ ਫੋਟੋ ਮੰਗਵਾਇਆ ਕਰਨੀ ਹੈ, ਫਿਰ ਦੇਖਾਂਗੇ ਵੀ ਕੌਣ ਕੌਣ ਭਾਈ ਕੀ ਖਾ ਰਿਹਾ, ਤੇ ਫਿਰ ਆਪਾਂ ਵਧੀਆ ਮਹਿਫਲ ਲਵਾਂਗੇ ਖਾਣੇ ਦੀ ਵੀ। ਤੇ ਫਿਲਹਾਲ ਚਲੋ ਪਾਉਣੇ ਆ ਸਾਂਝ ਸੁਖਮੰਦਰ ਜੀ ਦੇ ਨਾਲ, ਤੇ ਭੱਜਣ ਵਾਲਾ ਸਮਾਂ ਮਿੰਟ ਆਪਣੇ ਕੋਲ ਹੈਗੇ ਨੇ ਦੋ ਢਾਈ, ਤੇ ਕੀ ਕਹਿਣਗੇ ਸੁਖਮੰਦਰ ਜੀ ਢਾਈ ਮਿੰਟਾਂ ਦੇ ਵਿੱਚ ਲੱਗੇ ਸਾਂਝ ਬਣਾਉਣ। ਸੋ ਬਹੁਤ ਬਹੁਤ ਸਵਾਗਤ ਸੁਖਮੰਦਰ ਜੀ ਪ੍ਰੋਗਰਾਮ ਚ। ਗਗਨ ਜੀ ਸਤਿ ਸ੍ਰੀ ਅਕਾਲ ਜੀ, ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਵਾਗਤ ਪ੍ਰੋਗਰਾਮ ਚ। ਧੰਨਵਾਦ ਜੀ ਤੁਹਾਡਾ। ਔਰ ਮੈਂ ਨਾ ਤੁਹਾਡੇ ਚਲ ਜਾਂਦਾ ਚਲਦਾ ਮੈਂ ਜਲਦੀ ਜਲਦੀ ਕਰ ਦਿੰਦਾ ਹੈਗਾ ਵੀ ਇੱਕ ਸੱਜਣ ਆਪਣੇ ਆਏ ਸੀ ਇਹ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਤੁਹਾਨੂੰ ਕਿਰਪਾ ਵੀ ਸੁਣਾਈ ਸੀ ਤੇ ਉਹਨਾਂ ਨੇ ਇੱਕ ਗੁੜ ਦੀ ਰੋੜੀ ਤੇ ਪੂਣੀ ਬਾਰੇ ਗੱਲ ਕੀਤੀ ਸੀਗੀ ਜੀ। ਮੈਂ ਤੁਹਾਨੂੰ ਗੁੜ ਦੀ ਰੋੜੀ ਤੇ ਪੂਣੀ ਦੇ ਬਾਰੇ ਉਹਦੀ ਹਕੀਕਤ ਦੱਸਦਾ ਵੀ ਜੇ ਅਗਰ ਕਿਤੇ ਉਸ ਲੜਕੀ ਜਿਹੜੀ ਉਹ ਬਚੀ ਸੀਗੀ, ਮਤਲਬ ਕਿ ਬਚਾਈ ਗਈ ਜਿਹੜੀ ਸਟੋਰੀ ਮੈਂ ਤੁਹਾਨੂੰ ਸੁਣਾਉਣ ਲੱਗਾ, ਜੇ ਅਗਰ ਉਹ ਲੜਕੀ ਨਾ ਬਚਦੀ ਤਾਂ ਸਾਨੂੰ ਇੱਕ ਮਹਾਨ ਵਿਅਕਤੀ ਦੇ ਦਰਸ਼ਨ ਕਰਨ ਤੋਂ ਅਸੀਂ ਵਾਂਝੇ ਰਹਿ ਜਾਣਾ ਸੀਗਾ। ਇਹ ਗੱਲ ਹੈਗੀ ਜੀ ਬਡਰੁੱਖਾ ਪਿੰਡ ਦੀ ਜੀ। ਬਡਰੁੱਖਾ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜਦੋਂ ਲੜਕੀ ਪੈਦਾ ਹੋਈ ਤੇ ਆਮ ਤੌਰ ਦੇ ਉੱਤੇ ਕੀ ਕਰਦੇ ਸੀਗੇ, ਇੱਕ ਲੜਕੀ ਨੂੰ ਸਵੀਕਾਰ ਨਹੀਂ ਸੀ ਕਰਦੇ ਗੇ, ਉਹਨੂੰ ਦੱਬ ਦਿੰਦੇ ਸੀਗੇ। ਦੱਬਣ ਦਾ ਇੱਕ ਢੰਗ ਤਰੀਕਾ ਇਹ ਹੁੰਦਾ ਸੀ ਆ, ਉਹਨੂੰ ਤੌੜੇ ਵਿੱਚ ਪਾ ਕੇ ਗੁੜ ਦੀ ਰੋੜੀ ਤੇ ਪੂਣੀ ਰੱਖ ਦਿੰਦੇ ਸੀ, ਜਿਵੇਂ ਉਹ ਦੱਸ ਕੇ ਗਏ ਸੀਗੇ ਵੀਰ ਵੀ, ਉਹ ਕਹਿੰਦੇ ਸੀ ਗੁੜ ਖਾਵੀ ਪੂਣੀ ਕੱਤੀ ਆਪ ਨਾ ਆਵੀ ਵੀਰੇ ਨੂੰ ਕੱਤੀ। ਉਹ ਪਰਿਵਾਰ ਦੇ ਵਿੱਚ ਜਦੋਂ ਰੱਖਿਆ ਤੇ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਇਸ ਦਾ ਵਿਰੋਧ ਕੀਤਾ ਵੀ ਮੈਂ ਇਹ ਕੁੜੀ ਨੂੰ ਦੱਬਣ ਨਹੀਂ ਦੇਣਾ ਸੀ। ਜਦੋਂ ਉਹ ਖੇਤ ਚਲਾ ਗਿਆ ਤੇ ਉਹਨਾਂ ਨੇ ਦੱਬਤੀ, ਤੇ ਜਦੋਂ ਉਹ ਵਾਪਸ ਆਇਆ ਤੇ ਉਹ ਕਹਿੰਦਾ ਵੀ ਉਹਨੇ ਪੁੱਛਿਆ ਉਹਨੂੰ ਜਿਹੜੀ ਮੰਜੇ ਤੇ ਮਾਂ ਪਈ ਸੀਗੀ ਲੜਕੀ, ਉਹ ਕਹਿੰਦੀ ਵੀ ਉੱਥੇ ਦੱਬੀ ਇਹਨਾਂ ਨੇ ਅੰਦਰ ਹੀ ਆ। ਉਹਨੇ ਫਟਾਫਟ ਕਈ ਚੱਕੀ ਤੇ ਉਹਨੇ ਤੌੜਾ ਕੱਢ ਲਿਆ ਜੀ। ਉਹ ਤੌੜਾ ਜਦੋਂ ਕੱਢਿਆ ਤੌੜੇ ਦੇ ਵਿੱਚ ਉਹ ਕੁੜੀ ਗੂਠਾ ਚੁੰਘ ਰਹੀ ਸੀ ਹਜੇ ਵੀ, ਸਾਹ ਚੱਲਦੇ ਸੀ ਉਸਦੇ। ਅੱਛਾ। ਤੇ ਉਹਨੇ ਲਿਆ ਕੇ ਆਪਦੀ ਮਾਂ ਦੀ ਛਾਤੀ ਨਾਲ ਲਾਈ, ਉਹਦੀ ਮਾਂ ਦਾ ਨਿੱਘ ਆਇਆ, ਉਹ ਤੋਂ ਬਾਅਦ ਦੇ ਵਿੱਚ ਉਹਨੂੰ ਦੁੱਧ ਪਿਲਾਇਆ ਗਿਆ। ਤੇ ਮੈਂ ਸ਼ਾਰਟਕਟ ਕਰਦਾ ਹੈਗਾ ਮੈਡਮ ਜੀ, ਉਹ ਜਦੋਂ ਲੜਕੀ ਵੱਡੀ ਹੋਈ ਤਾਂ ਉਹਦਾ ਨਾਂ ਰੱਖਿਆ ਗਿਆ ਰਾਜ ਕੌਰ। ਉਸ ਤੋਂ ਬਾਅਦ ਦੇ ਵਿੱਚ ਉਹ ਵਿਆਹੀ ਗਈ ਮਹਾਨ ਸਿੰਘ ਨੂੰ। ਅੱਛਾ। ਤੇ ਉਹਦੀ ਕੁੱਖੋਂ ਪਤਾ ਕੌਣ ਪੈਦਾ ਹੋਇਆ? ਉਹਦੀ ਕੁੱਖੋਂ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ। ਬਿਲਕੁਲ ਜੀ, ਬਿਲਕੁਲ। ਜੇ ਅਗਰ ਉਹ ਕੁੱਖ ਤੋਂ ਸਾਡੇ ਮਤਲਬ ਕਿ ਲੜਕੀ ਦੱਬੀ ਰਹਿ ਜਾਂਦੀ ਜਾਂ ਮਰ ਜਾਂਦੀ ਤਾਂ ਅਸੀਂ ਮਹਾਰਾਜਾ ਰਣਜੀਤ ਦੇ ਦਰਸ਼ਨ ਨਹੀਂ ਸੀ ਕਰਨੇ। ਉਸ ਬੰਦੇ ਦੀ ਬਦੌਲਤ ਮਤਲਬ ਕਿ ਉਹਨੇ ਬਚਾਈ ਸੀਗੀ, ਤੇ ਵੀ ਉਹਦੇ ਪੈਦਾ ਹੋਇਆ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ। ਇਹ ਭਰੂਣ ਹੱਤਿਆ ਦੇ ਉੱਤੇ ਮੈਂ ਕਾਫੀ ਵਾਰੀ ਪ੍ਰੋਗਰਾਮ ਵੀ ਕਰ ਚੁੱਕਾ ਹੈਗਾ, ਤੇ ਕਿਸੇ ਦਿਨ ਆਪਾਂ ਇਸ ਭਰੂਣ ਹੱਤਿਆ ਤੇ ਵੀ ਪ੍ਰੋਗਰਾਮ ਰੱਖਾਂਗੇ ਜੀ। ਮੈਂ ਜਲਦੀ ਜਲਦੀ ਤੁਹਾਨੂੰ ਇਹ ਸਟੋਰੀ ਦੱਸਣੀ ਸੀਗੀ। ਵਾਕਈ ਬਹੁਤ ਸੋਹਣੀ ਸਟੋਰੀ ਤੇ ਜਾਣਕਾਰੀ ਵੀ ਜਿਹੜੀ ਹੈ ਬਹੁਤ ਸੋਹਣੀ ਇਹਦੇ ਵਿੱਚੋਂ ਮਿਲੀ ਹੈ, ਤੇ ਬਹੁਤ ਵਧੀਆ ਲੱਗਿਆ ਜੀ। ਕਿਉਂਕਿ ਮੈਨੂੰ ਇਹ ਸੀਗਾ ਵੀ ਜੇ ਅਗਰ ਕੋਈ ਵੀ ਗੱਲ ਛੋਈ ਜਾਂਦੀ ਹੈਗੀ ਪ੍ਰੋਗਰਾਮ ਜਿਵੇਂ ਪੂਣੀ ਵਾਲੀ ਗੱਲ ਸੀਗੀ ਤੇ ਉਹਦੀ ਸਟੋਰੀ ਬਾਰੇ ਕਈ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ, ਕਈਆਂ ਨੂੰ ਪਤਾ ਵੀ ਹੁੰਦਾ, ਤੇ ਮੈਂ ਕਿਹਾ ਵੀ ਕਿਉਂ ਨਾ ਇਹਨੂੰ ਮਤਲਬ ਕਿ ਸਾਂਝੀ ਕਰੀਏ ਜੀ। ਧੰਨਵਾਦ ਤੁਹਾਡਾ ਟਾਈਮ ਦੇਣ ਜੀ, ਬਹੁਤ ਬਹੁਤ ਸ਼ੁਕਰੀਆ ਸੁਖਮੰਦਰ ਜੀ। ਬਹੁਤ ਵਧੀਆ ਲੱਗਿਆ ਕਿ ਤੁਸੀਂ ਪੂਰੀ ਡਿਟੇਲ ਦੇ ਵਿੱਚ ਇਹ ਕਹਾਣੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਕੇ ਗਏ। ਅੱਜ ਫੇਰ ਬਹੁਤ ਸਾਰੀਆਂ ਮਿਸ ਕਾਲਸ ਰਹਿ ਗਈਆਂ ਨੇ ਜਿਨ੍ਹਾਂ ਦੇ ਵਿੱਚ ਮੇਨ ਨਾਮ ਮੈਂ ਜ਼ਰੂਰ ਸਾਂਝੇ ਕਰੂੰਗੀ। ਸੋ ਜਸਲੀਨ ਦੀਆਂ ਅੱਜ ਬਹੁਤ ਸਾਰੀਆਂ ਮਿਸ ਕਾਲਸ ਰਹਿ ਗਈਆਂ ਨੇ, ਅਤੇ ਮਾਰੰਟੀ ਜੀ ਦੀਆਂ ਵੀ ਮਿਸ ਕਾਲ ਰਹਿ ਗਈਆਂ ਨੇ, ਬਿੰਦਰ ਭੈਣ ਜੀ, ਸੁਖਵਿੰਦਰ ਕੌਰ ਭੈਣ ਜੀ, ਤੁਹਾਡੀਆਂ ਵੀ ਜਿਹੜੀਆਂ ਸਾਡੇ ਕੋਲ ਅੱਜ ਮਿਸ ਕਾਲ ਦੇ ਰੂਪ ਦੇ ਵਿੱਚ ਕਾਲਸ ਸ਼ੋਅ ਹੋ ਰਹੀਆਂ ਨੇ। ਸੁਰਜੀਤ ਜੀ ਜਿਹੜੇ ਆ
ਉਹਨਾਂ ਦੀਆਂ ਸੁਰਜੀਤ ਸਿੰਘ ਔਲਖ ਜੀ ਜਿਹੜੇ ਉਹਨਾਂ ਦੀਆਂ ਮਿਸ ਕਾਲ ਸ਼ੋ ਹੋ ਰਹੀਆਂ ਨੇ, ਜਸਵਿੰਦਰ ਜੀ ਦੀ ਮਿਸ ਕਾਲ ਜਿਹੜੀ ਹੈ ਉਹ ਵੀ ਇਸ ਮੰਚ ਦੇ ਸਾਡੇ ਕੋਲ ਸ਼ੋ ਹੋ ਰਹੀ ਹੈ। ਨਹੀਂ, ਜਸਵਿੰਦਰ ਜੀ ਦੀ ਕਾਲ ਨਹੀਂ ਹੈ, ਖੈਰ ਜਸਵਿੰਦਰ ਜੀ ਦੀ ਪੁਰਾਣੀ ਕਾਲ ਜਿਹੜੀ ਉੱਪਰ ਸ਼ੋ ਹੋ ਗਈ ਸੀ, ਅਤੇ ਮਾਫ਼ੀ ਚਾਹੂੰਗੀ ਕਿ ਜਸਵਿੰਦਰ ਜੀ ਵੀ ਸੋਚ ਰਹੇ ਹੋਣੇ ਮੈਂ ਕਾਲ ਨਹੀਂ ਮਿਲਾਈ ਅਤੇ ਮੇਰਾ ਨਾਮ ਕਿਵੇਂ ਆ ਗਿਆ। ਸੋ ਹਾਂ, ਬਿਲਕੁਲ ਜਸਵਿੰਦਰ ਜੀ ਦੀ ਕਾਲ ਨਹੀਂ ਸੀਗੀ, ਅਤੇ ਅਗਲੀ ਜਿਹੜੀ ਸਾਡੇ ਕੋਲ ਕਾਲ ਸ਼ੋਅ ਹੋ ਰਹੀ ਹੈ ਚਿਮਨ ਜੀ ਦੀ। ਸੋ ਬਿਲਕੁਲ ਜੀ, ਤੁਹਾਡੇ ਸਾਰਿਆਂ ਤੋਂ ਮਾਫ਼ੀ, ਬਹੁਤ ਸਾਰੀਆਂ ਕਾਲਸ ਨੇ, ਬਾਕੀ ਨੰਬਰ ਜਿਹੜੇ ਹੈਗੇ ਉਹਨਾਂ ਦੇ ਤਾਂ ਮੈਨੂੰ ਨਾਮ ਨਹੀਂ ਪਤਾ ਕਿੰਨਾ ਕਿੰਨਾ ਦੀਆਂ ਕਾਲਸ ਜਿਹੜੀਆਂ ਅੱਜ ਪ੍ਰੋਗਰਾਮ 'ਚ ਮਿਸ ਹੋਈਆਂ ਨੇ। ਸੋ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਕਿ ਸੁਨੇਹੇ ਵੀ ਅੱਜ ਬਹੁਤ ਸਾਰੇ ਰਹਿ ਚੱਲੇ ਆ, ਅਤੇ ਸਮਾਂ ਮੇਰੇ ਪ੍ਰੋਗਰਾਮ ਦਾ ਸਮਾਪਤ ਹੋ ਚੱਲਿਆ। ਹਾਸਿਆਂ ਦਾ ਪਿਟਾਰਾ ਨਵਾਂ ਸ਼ਹਿਰ ਦਾ ਖੁਸ਼ਹਾਲ ਸਿੰਘ ਵੱਲ ਹੁਸ਼ਿਆਰ, ਅਤੇ ਨਾਲ ਹੀ ਕਹਿੰਦੇ ਆ ਜੀ, ਹਾਸਾ 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 ਚੰਗਾ ਲੱਗਦਾ ਇਹੋ ਜਿਹਾ, ਜੋ ਦੁੱਖ ਜੋ ਦੁਖਾਵੇ ਨਾ ਕਿਸੇ ਦਾ ਦਿਲ ਮਾਸਾ, ਹੱਸਦਿਆਂ ਦੇ ਦੁੱਖ ਘਟਦੇ ਦੁੱਖ ਘਟਦੇ ਨਾ ਵਿੱਚ ਨਿਰਾਸ਼ਾ, ਹੱਸਦੇ ਰਿਹਾ ਕਰੋ ਦੋਸਤੋ, ਹੱਸਣੇ ਦਾ ਨਹੀਂ ਉਹ ਮੁੱਲ ਖਾਸਾ, ਤੁਸੀਂ ਸਦਾ ਹੱਸਦੇ ਰਹੋ, ਬਸ ਇਹੋ ਰੱਬ ਅੱਗੇ ਅਰਦਾਸਾਂ, ਤੁਹਾਡੇ ਬੁੱਲਾਂ ਤੇ ਰਹੇ ਸਦਾ ਹਾਸਾ। ਬਹੁਤ ਸੋਹਣੀ ਦੁਆ ਦੇ ਨਾਲ ਲਓ ਫਿਰ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਮੰਗਣ ਲੱਗੀ ਹਾਂ। ਪ੍ਰੋਗਰਾਮ 'ਚ ਹਰਦਿਆਲ ਜੀ ਕਰੇ, ਵਾਹੋ ਜੀ ਵਾਹੋ ਗੋਰੇ ਦੀ ਹਿੰਦੀ, ਵਾਹ ਕਮਾਲ ਮਨਪ੍ਰੀਤ ਜੀ। ਸੋ ਬਖਸ਼ੀ ਜੀ ਕਹਿ ਰਹੇ ਆ ਜੀ, ਮਾਸ਼ਾਅੱਲਾ ਨਾਈਸ ਪ੍ਰੋਗਰਾਮ, ਅਤੇ ਬਹੁਤ ਬਹੁਤ ਸ਼ੁਕਰੀਆ। ਅਤੇ ਬਹੁਤ ਸਾਰੇ ਮੈਸੇਜ ਨੇ, ਰਸ਼ਪਾਲ ਜੀ ਕਹਿ ਰਹੇ ਨੇ ਜੀ ਕਿ ਅਮਰਜੀਤ ਜੀ ਦਾ ਅੰਦਾਜ਼ ਬਹੁਤ ਵਧੀਆ ਸੀ, ਬਹੁਤ ਹੀ ਖੂਬਸੂਰਤ ਰਚਨਾ, ਇੱਕ ਇੱਕ ਸ਼ਬਦ ਦੇ ਵਿੱਚ ਬਹੁਤ ਗਹਿਰਾਈ ਜਿਹੜੀ ਹੈ ਛੁਪੀ ਹੋਈ ਸੀ, ਅਤੇ ਬਿਲਕੁਲ ਗੱਲ ਤੁਹਾਡੀ ਸਹੀ ਹੈ। ਅਤੇ ਭੀਮ ਸੈਨ ਜੀ ਕਹਿ ਰਹੇ ਜੀ, ਪ੍ਰੋਗਰਾਮ ਵੈਰੀ ਨਾਈਸ, ਬਹੁਤ ਵਧੀਆ, ਪਰ ਭੀਮ ਜੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚੀ ਅੱਜ, ਅਤੇ ਉਮੀਦ ਹੈ ਕਿ ਕੱਲ੍ਹ ਦੇ ਪ੍ਰੋਗਰਾਮ 'ਚ ਜ਼ਰੂਰ ਸਾਨੂੰ ਤੁਹਾਡੀ ਆਵਾਜ਼ ਸੁਣਨ ਨੂੰ ਮਿਲੇਗੀ। ਅਤੇ ਰੁਪਿੰਦਰ ਜੀ, ਅੱਜ ਤੁਹਾਡਾ ਗੀਤ ਵੀ ਮੇਰੇ ਖਿਆਲ 'ਚ ਰਹਿਣ ਵਾਲਾ, ਕਿਉਂਕਿ ਜੇ ਹੁਣ ਪਲੇ ਕੀਤਾ ਤਾਂ ਇਹ ਪੂਰਾ ਪਹੁੰਚਣਾ ਨਹੀਂ ਹੈ, 3 ਮਿੰਟ ਦਾ ਗੀਤ ਹੈ ਅਤੇ ਇੰਨਾ ਆਪਣੇ ਕੋਲ ਸਮਾਂ ਨਹੀਂ ਹੈ। ਹਾਂ, ਵਾਅਦਾ ਕਰਦੇ ਹਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਤੁਹਾਡੇ ਇਸ ਗੀਤ ਦੇ ਨਾਲ ਹੀ ਕਰਾਂਗੇ ਪ੍ਰੋਗਰਾਮ ਦੀ। ਅਤੇ ਹੁਣ ਫਿਰ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਗਗਨਦੀਪ ਨੂੰ ਦਿਓ ਇਜਾਜ਼ਤ, ਯੂਟਿਊਬ ਦਾ ਲਿੰਕ ਜਦੋਂ ਵੀ ਤੁਹਾਡੇ ਕੋਲ ਪਹੁੰਚੇ ਕਿਰਪਾ ਕਰਕੇ ਕਮੈਂਟ ਕਰਦਿਆ ਕਰੋ, ਲਾਈਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ। ਹੁਣ ਦਿਓ ਅੱਜ ਦੇ ਇਸ ਪ੍ਰੋਗਰਾਮ 'ਚ ਗਗਨਦੀਪ ਨੂੰ ਜਾਣ ਦੀ ਇਜਾਜ਼ਤ, ਫਿਰ ਮਿਲਾਂਗੇ ਕੱਲ੍ਹ ਦੇ ਪ੍ਰੋਗਰਾਮ 'ਚ ਲੈ ਕੇ ਕੁਝ ਨਾ ਕੁਝ ਨਵਾਂ ਅਤੇ ਕੁਝ ਨਾ ਕੁਝ ਖਾਸ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।